ग्रंथ साहब महाराज हजूरी में हाजिर कर रहा है गुरु रूप गुरु स्वामी साहब नगर जी आओ करो सन मित्र हाजिर दाई गुरु ग्रंथ साहब करना में वाहिगुरु जी का खालसा वाहिगुरु जी की फतेह। समृद्धि सगत आज दे दिहाड़े दे शहर श्री गुरु नानक देव महाराज जी का पवित्र जन्म दिहाड़ा है। इस संबंध में सारी संगत को अपने रवानों को मुबारकबाद पेश करता हूं। सुनी मुराद सरदार साहब गुरु नानक जग माहे पठाया आप रहे करता जग में पर रहे हो सतगुरु नानक प्रगटिया मिट्टी धुंद जग तन होया चौंकर सूरज निकलिया तारे छपे अंधेर खुलिया। साहब श्री गुरु नानक देव महाराज जी का मित्र आगमन पर समुचे सिख जग सारे सिख जग ने संगता जिथे भी गुरु नानक नाम लिया सिख बैठा है महाराज जी के जन्म दिहाड़े वाली श्रद्धा सत्कार मनाए जा रहे हैं। सारे के मन में बड़ा चा है इस संबंध में पिंड नवी तरह की संगत ने बड़ी श्रद्धा सत्कार के नाल साहिब श्री गुरु नानक देव महाराज का पवित्र जन्म दिहाड़ा मनाया। 10 दिन प्रभात फेरिया सजाइया गईया गुरु दस गायन करके संत ने अमृत वेले गुरबाणी का बड़ा लाभा कटिया। सारिया ही संगत ने कल लगन चीतन में हाजरी भर के अपने जन्मदिन अपने जन्म को सफला बनाया। समय के स्वास्थ्य को सही अर्थ लगा करके अपना जन्म सफला किया है। हूँ मैं ज्यादा समय ना लवान साढ़े पास पंजाब का सिर बहुत झाड़ी लगा सुखदेव सिंह चमकारा पहुंचा हुआ है। वह आप जी ने 2 घंटे के वास्ते गुरु इतिहास नाल जुड़ेगा। उन्होंने बेनती है ढाडी सिंह ने जिले स्टेज पर आन तो साहब श्री गुरु नानक देव महाराज के इतिहास संतों साहब श्री गुरु नानक देव महाराज का इतिहास गुरु इतिहास नाल करके निहाल कर संदेश सिंह चमकारे जी का ढाडी जिला उन्होंने बेनती है कि स्टेज पर आन संतों गुरु इतिहास नाल जुड़ के गुरु घर दिया खुशियां सारिया संगत प्राप्त कर सकन। वाहिगुरु जी का खालसा वाहिगुरु जी की फतेह।
संपूर्ण दी साजीवाजी सत्संग जीओ परम पूज्य पाद वाली कुल आलम बख्शंदे दस्तगीर रजा बख्श राजे कायम करीम रहाकुल रहीम परवदगार शहनशाह जगत फुलवाड़ी के मालक दुखियां के दर्दी मेरे पाक मसीहा सर्वे कायनात फखरे मौजूदा साहबे सहाबा साहबे दुआलम ਤਾਂ ਤਾਂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਉਤਾਰ ਕੇ ਅਸੀਸ ਮਨ ਬਿੱਤੇ ਨੂੰ ਇਕਾਗਰ ਕਰਦੇ ਹੋਏ ਆਓ ਸਭ ਤੋਂ ਪਹਿਲੇ ਸਰਬੱਤ ਸੰਤਾਂ ਰਸਨ ਨੂੰ ਪਵਿੱਤਰ ਕਰੀਏ ਸਤਿਗੁਰਾਂ ਦੇ ਅਲਮਾਨਾ ਦਰਬਾਰ ਦੇ ਵਿੱਚ ਹਾਜ਼ਰੀਆਂ ਲਵਾਈਏ ਕੋਈ ਵੀ ਰਸਨਾ ਵਾਝੀ ਨਾ ਰਹੇ ਸਾਰੀਆਂ ਸੰਗਤਾਂ ਦਿਓ ਪਿਆਰ ਦਾ ਸਬੂਤ ਪਿਆਰ ਸਤਿਕਾਰ ਸਭ ਤੀ ਚੁਕਾ ਕੇ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਤਿਗੁਰਾਂ ਦੀ ਬਹੁਤ ਹੀ ਮਹਾਨ ਕਿਰਪਾ ਇਸ ਨਗਰ ਦੇ ਉੱਤੇ ਹੋਈ ਹੈ ਬਲਕਿ ਪੂਰੇ ਪੰਜਾਬ ਦੇ ਉੱਤੇ ਨਹੀਂ ਹਿੰਦੁਸਤਾਨ ਦੇ ਉੱਤੇ ਨਹੀਂ ਸਾਰੇ ਸੰਸਾਰ ਦੇ ਵਿੱਚ ਜਿੱਥੇ ਜਿੱਥੇ ਗੁਰੂ ਨਾਨਕ ਨਾਮ ਲਿਆ ਸੰਗਤਾਂ ਵਸਦੀਆਂ ਨੇ ਉਹਨਾਂ ਨੂੰ ਮੰਨਣ ਵਾਲੇ ਵਸਦੇ ਨੇ ਉਹਨਾਂ ਵਾਸਤੇ ਅੱਜ ਦਾ ਦਿਨ ਬਹੁਤ ਹੀ ਕਰਮਾਂ ਵਾਲਾ ਵੱਡੇ ਭਾਗਾਂ ਵਾਲਾ ਸੁਭਾਗਾ ਦਿਨ ਹੈ ਮੇਰੇ ਸਤਿਗੁਰੂ ਪਾਤਸ਼ਾਹ ਨੇ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਨਿਉਂਡਿਆਂ ਦੀ ਓਟ ਸਾਹਿਬੇ ਕਮਲ ਨੂੰ ਅਮਰਦਾਸ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਜਾਣਿਆ ਆਨੰਦ ਸਦਾ ਗੁਰੂ ਤੇ ਕਿਰਪਾ ਕਰੇ ਪਿਆਰਿਆ ਕਰ ਕਿਰਪਾ ਕਿਲਵੇ ਕੱਟੇ ਗਿਆਨ ਅੰਜਨ ਸਾਰਿਆ ਟੁੱਟਾ ਦਿਲ ਦਾ ਸਬਦ ਸੱਜੇ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣੇ ਆਨੰਦ ਹੁੰਦੀ ਹੈ ਖੁਸ਼ੀ ਤੋ ਸਤਿਗੁਰਾਂ ਨੇ ਅੱਜ ਖੁਸ਼ੀਆਂ ਭਰਿਆ ਦਿਨ ਸਾਨੂੰ ਦਿੱਤਾ ਹੈ ਬਖਸ਼ਿਸ਼ ਕੀਤਾ ਹੈ ਮਹਾਨ ਸਤਿਗੁਰੂ ਔਰ ਸਹਿਬੇ ਕਮਾਲ ਜਗਤ ਫੁਲਵਾੜੀ ਦੇ ਮਾਲਕ ਸਿੱਖੀ ਦੇ ਮਹਿਲ ਦੇ ਸਹੀਏ ਜਿਹਨਾਂ ਨੇ ਸ਼ਾਨਦਾਰ ਸਿੱਖੀ ਦਾ ਮੁੱਦਾ ਲਾਇਆ ਹੈ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪਹਿਲੀ ਪਾਤਸ਼ਾਹੀ ਜਿਹਨਾਂ ਦਾ ਅੱਜ 535ਵਾਂ ਪ੍ਰਕਾਸ਼ ਦਿਹਾੜਾ ਪੂਰੇ ਸੰਸਾਰ ਦੇ ਬੜੇ ਜਲੋਅ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਉਮਾਹ ਦੇ ਨਾਲ ਚੱਲਾਂ ਦੇ ਨਾਲ ਮਨਾਇਆ ਜਾ ਰਿਹਾ ਹੈ ਪਿੰਡ ਪਿੰਡ ਜਗ੍ਹਾ ਜਗ੍ਹਾ ਸ਼ਹਿਰ ਸ਼ਹਿਰ ਅਖੰਡ ਪੱਥਰੀਆਂ ਲੱਗੀਆਂ ਚੱਲ ਰਹੀਆਂ ਨੇ ਕਿਤੇ ਢਾਡੀ ਦਰਬਾਰ ਹੋ ਰਹੇ ਨੇ ਕਵੀ ਦਰਬਾਰ ਹੋ ਰਹੇ ਨੇ ਕ੍ਰਿਸ਼ਨ ਦਰਬਾਰ ਹੋ ਰਹੇ ਨੇ ਇਹ ਸਤਿਗੁਰਾਂ ਦੀ ਮਹਾਨ ਕਿਰਪਾ ਹੈ ਬਖਸ਼ਿਸ਼ ਹੈ ਆਪਣੇ ਗੁਰਦੇਵ ਨੇ ਜਨਮ ਦਿਹਾੜਿਆਂ ਦੀਆਂ ਖੁਸ਼ੀਆਂ ਨੂੰ ਮਨਾਉਣ ਵਾਲੀਆਂ ਸਾਰੀਆਂ ਸੰਗਤਾਂ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਮਹਾਨ ਦਿਹਾੜਿਆਂ ਨੂੰ ਮਨਾਉਂਦਿਆਂ ਹੋਇਆਂ ਆਪਣੇ ਸਤਿਗੁਰਾਂ ਨੂੰ ਯਾਦ ਕਰ ਰਹੀਆਂ ਨੇ ਤੋ ਸਤਿਗੁਰਾਂ ਨੇ ਅੱਜ ਬੜੀ ਮਹਾਨ ਰਹਿਮਤ ਕੀਤੀ ਹੈ ਦਿਆਲਤਾ ਕੀਤੀ ਹੈ ਕਿਰਪਾਲਤਾ ਕੀਤੀ ਹੈ ਇਸ ਨਗਰ ਦੇ ਉੱਤੇ ਵੀ ਪਸੂ ਬੁਲਾ ਕੇ ਸਤਿਗੁਰੂ ਮਹਾਰਾਜ ਜੀ ਪਵਿੱਤਰ ਇਲਾਹੀ ਬਣ ਕੇ ਜਾਪ ਹੋਏ ਨੇ ਅੱਜ ਸੰਪੂਰਨਤਾਈ ਗੁਰਦੇਵ ਦੇ ਹੁਕਮ ਦੇ ਨਾਲ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਇਸ ਗੁਰਵਾਰ ਪ੍ਰਸਾਦ ਨੂੰ ਪੂਰਨ ਗੁਰਬਾਣੀ ਦੇ ਭੋਗ ਪੈ ਗਏ ਉਪਰੰਤ ਸਤਿਗੁਰੂ ਮਹਾਰਾਜ ਮਹਾਨ ਰਹਿਨਮਾਈ ਦੇ ਹੇਠ ਦੀਵਾਨ ਸਜੇ ਨੇ ਆਪ ਜੀ ਨਾਲ ਕੁਛ ਸਮੇਂ ਵਾਸਤੇ ਵਿਚਾਰਾਂ ਸਜਿਆ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਆਪਣੇ ਧੰਨ ਭਾਗ ਸਮਝਦੇ ਹਾਂ ਕਿਉਂਕਿ ਇਹ ਬੜਾ ਮਹਾਨ ਨਗਰ ਹੈ ਔਰ ਸਰੋਤਿਆਂ ਵਾਲਾ ਨਗਰ ਹੈ ਵਿਦਵਾਨਾਂ ਦਾ ਨਗਰ ਹੈ ਤੋ ਆਹ ਮੈਨੂੰ ਹੁਕਮ ਹੋਇਆ ਹੈ ਕਿ ਬਤੌਰ ਢਾਡੀ ਜੱਥੇ ਦੇ ਨਾਲ ਆਪ ਜੀ ਨੇ ਸੰਗਤਾਂ ਦੀ 2 ਘੰਟੇ ਸੇਵਾ ਕਰਨੀ ਹੈ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਤੋਂ ਉਪਰੰਤ ਕੋਈ 20-80 ਵਾਰ ਜਿਹੜੀ ਸੰਗਤਾਂ ਨਾਲ ਜ਼ਰੂਰ ਸਾਂਝੀ ਕਰਨੀ ਹੈ ਗੁਰੂ ਸਿਰ ਮੱਥੇ ਪ੍ਰਵਾਨ ਕਰਦਿਆਂ ਹੋਇਆਂ ਆਓ ਮੇਰੇ ਸਤਿਗੁਰੂ ਪਾਤਸ਼ਾਹ ਸਾਨੂੰ ਇੱਕ ਹੁਕਮ ਦਿੰਦੇ ਨੇ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ ਜਿਹੜੀਆਂ ਆਉਣ ਵਾਲੀ ਰਸਮਾਂ ਹੋਇਆ ਕਰਦੀਆਂ ਨੇ ਉਹ ਆਪਣੇ ਵੱਡਿਆਂ ਵਡੇਰਿਆਂ ਦਾ ਇਤਿਹਾਸ ਸੁਣ ਕੇ ਬਣਦੀਆਂ ਨੇ ਕਿ ਸਾਡੇ ਵੱਡੇ ਵਡੇਰੇ ਕੀ ਕੁਝ ਕਰਕੇ ਗਏ ਨੇ ਸਾਨੂੰ ਕਿਹੜਾ ਉਪਦੇਸ਼ ਦੇ ਕੇ ਗਏ ਨੇ ਦਰਅਸਲ ਸਾਡਾ ਰਸਤਾ ਕਿਹੜਾ ਹੈ ਅਸੀਂ ਕਿਹੜੇ ਰਸਤੇ ਦੇ ਉੱਤੇ ਤੁਰੇ ਜਾ ਰਹੇ ਹਾਂ ਔਰ ਜਾਣਾ ਕਿਹੜੇ ਰਸਤੇ ਦੇ ਉੱਤੇ ਹੈ ਖਾਲਸਾ ਜੀ ਨੋਟ ਕਰੋ ਵਿਦਵਾਨ ਸੱਜਣ ਬੈਠੇ ਨੇ ਪੜ੍ਹੇ ਲਿਖੇ ਮੇਰੇ ਵੀਰ ਬਜ਼ੁਰਗ ਮੇਰੀਆਂ ਮਤਾਵਾਂ ਭੈਣਾਂ ਬੈਠੀਆਂ ਨੇ ਪੰਥ ਦੀ ਮਾਇਆ ਨਾਲ ਹਸਤੀ ਮਹਾਨ ਵਿਦਵਾਨ ਇੰਟਰਨੈਸ਼ਨਲ ਪੋਇਟ ਫਾਰਸੀ ਦੇ ਉੱਘੇ ਸਕਾਲਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਬਾਰੀ ਸ਼ਾਇਰਾਂ ਦੇ ਵਿੱਚੋਂ ਮਹਾਨ ਸ਼ਾਇਰ 52 ਕਵੀਆਂ ਦੇ ਵਿੱਚੋਂ ਮਹਾਨ ਕਵੀ ਜਿਨ੍ਹਾਂ ਦਾ ਨਾਂ ਹੈ ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੀ ਸੁੰਦਰ ਗੱਲ ਲਿਖ ਕੇ ਗਏ ਨੇ ਕਿਹਾ ਆਹ ਗੱਲ ਉਹਨਾਂ ਨੇ ਗੁਰੂ
जी महाराज इस संबंध में लिखी है। ਉਹ ਕਹਿੰਦੇ ਨੇ ਹਾਥੋਂ ਨੇ ਨਾਮ ਪਾਕਸ ਨਾ ਇਮੋ ਨਸੀਰ ਅਲਫੋ ਮਿਆਨਾ ਅਹਦ ਕਾਫ ਆਰਤੀ ਰਾ ਆਰਤੀ ਕਬੀਰ। ਭਾਈ ਸਾਹਿਬ ਭਾਈ ਨੰਦ ਲਾਲ ਜੀ ਬੜੀ ਸੁੰਦਰ ਗੱਲ ਲਿਖਦੇ ਨੇ, ਕਹਿੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਨਾਂ ਨੂੰ ਲਿਖਣ ਲੱਗੇ ਆ ਦੋ ਵਾਰ ਨੂਨ ਲੱਗਦੀ ਹੈ, ਦੋ ਵਾਰ ਨੂਨ ਉਰਦੂ ਦੇ ਵਿੱਚ ਲਿਖਣਾ ਹੋਵੇ ਨਾ ਨਾਨਕ ਲਿਖਦੇ ਨੇ ਨੂਨ ਅਲਫ ਨਾ ਨੂਨ ਕਾਫ ਨਾਨਕ। ਪੰਜਾਬੀ ਵਾਲੇ ਲਿਖਦੇ ਨੇ ਨੰਨੇ ਨੂੰ ਨਾ ਕੰਨਾ ਨੰਨਾ ਕੱਕਾ ਨਾਨਕ ਸ਼ਬਦ ਬਣਦਾ ਹੈ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਇਹ ਗੱਲ ਕਹਿੰਦੇ ਨੇ ਕਿ ਪਹਿਲੀ ਨੂਨ ਇਹ ਕਹਿੰਦੀ ਹੈ ਕਿ ਗੁਰੂ ਨਾਨਕ ਨਾਈਮ ਹੈ। ਨਾਈਮ ਕਹਿੰਦੇ ਨੇ ਨਿਆਮਤਾਂ ਦੇਣ ਵਾਲੇ ਨੂੰ, ਭਾਵ ਉਹਨਾਂ ਦੇ ਦਰਬਾਰ ਦੇ ਵਿੱਚੋਂ ਜਿਹੜੀ ਚੀਜ਼ ਮੰਗੋਗੇ ਜਿਹੜੀ ਵਸਤੂ ਮੰਗੋਗੇ ਉਹ ਮਿਲ ਜਾਵੇਗੀ। ਮੇਰੇ ਪਾਤਸ਼ਾਹ ਕਹਿੰਦੇ ਨੇ ਜੋ ਮੰਗ ਹੈ ਠਾਕੁਰੀ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਦਾ ਪੂਰਾ ਸੱਚ ਹੋ। ਅਗਲੀ ਨੂਰ ਕਹਿੰਦੀ ਹੈ ਕਿ ਗੁਰੂ ਨਾਨਕ ਨਸੀਰ ਹੈ। ਨਸੀਰ ਕਹਿੰਦੇ ਨੇ ਮਦਦਗਾਰ, ਜਿੱਥੇ ਵੀ ਰਾਜ ਕਰੋਗੇ ਤੁਹਾਡੀ ਆਣ ਕੇ ਸਹਾਇਤਾ ਕਰਨਗੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਚਿੱਤਰ ਨਾਨਕ ਦੇ ਗਵਾਹੀ ਭਰਦੇ ਨੇ। ਪਾਤਸ਼ਾਹ ਕਹਿੰਦੇ ਨੇ ਤਿੰਨ ਬੇਲੀਆਂ ਦੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ। ਰਾਏ ਪਾਤਸ਼ਾਹ ਨੂੰ ਕਹਿੰਦੇ ਨੇ ਅਸੀਂ ਕਿਸੇ ਫਕੀਰ ਦੇ ਚੇਲੇ ਨਹੀਂ, ਗੁਰੂ ਨਾਨਕ ਦੇਵ ਜੀ ਦੇ ਸੇਵਕ ਹਾਂ। ਪ੍ਰਗਟੇ ਨਾਨਕ ਰਾਏ ਸਭ ਸਿੱਖਤ ਕੋ ਸੁਖ ਦੀਏ ਜੈ ਹੈ ਭਏ ਸਹਾਇ। ਜਿੱਥੇ ਕਿਸੇ ਨੇ ਯਾਦ ਕੀਤਾ ਉੱਥੇ ਉਹਨਾਂ ਨੇ ਜਾ ਕੇ ਉਸ ਜਗ੍ਹਾ ਨੂੰ ਪਵਿੱਤਰ ਕੀਤਾ ਤੇ ਉਹਨਾਂ ਦੀਆਂ ਆਸਾਂ ਮੁਰਾਦਾਂ ਵੀ ਪੂਰੀਆਂ ਕਰ ਦਿੱਤੀਆਂ। ਜਿੱਥੇ ਕਿਸੇ ਨੇ ਯਾਦ ਕੀਤਾ ਗੁਰਦੇਵ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ, ਗੁਰੂ ਨਾਨਕ ਦੇਵ ਜੀ ਮਹਾਰਾਜ ਅਮਰ ਹਨ, ਅਟਲ ਹਨ, ਅਥਾਹ ਹਨ, ਉਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਪਾਤਸ਼ਾਹ ਗੁਰਬਾਣੀ ਵਿੱਚ ਗਵਾਹੀ ਭਰਦੇ ਨੇ। ਹਜ਼ੂਰ ਕਹਿੰਦੇ ਨੇ ਅੰਤ ਕਾਲ ਕਿਸੇ ਮਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾਏ, ਉਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਹੁਣ ਅਖੀਰ ਦੇ ਵਿੱਚ ਡੰਡੇ ਵਾਲਾ ਕਾਫ ਲੱਗਾ ਹੋਇਆ ਹੈ, ਜਿਹਨੂੰ ਪੰਜਾਬੀ ਵਿੱਚ ਆਪਾਂ ਕੱਕਾ ਕਹਿੰਦੇ ਹਾਂ, ਉਰਦੂ ਵਾਲੇ ਕਾਫ ਕਹਿੰਦੇ ਨੇ। ਇਹ ਗੱਲ ਕਹਿੰਦਾ ਕਿ ਗੁਰੂ ਨਾਨਕ ਕਬੀਰ ਹੈ ਤੇ ਕਬੀਰ ਦੇ ਅਰਥ ਬਣਦੇ ਨੇ ਵੱਡਾ, ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਮਰਤਾਈ ਤੱਕੋ। ਹੁਣ ਇੱਥੇ ਗਵਾਹੀ ਭਰਦਿਆਂ ਹੋਇਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੱਲ ਕਹੀ ਹੈ ਕਿ ਕਬੀਰ ਵੱਡੇ ਨੂੰ ਕਹਿੰਦੇ ਨੇ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਗੱਲ ਰਾਖੀ ਮੇਰੀ। ਅੱਜ ਵੱਡੇ ਗੁਰਾਂ ਦਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ ਤੇ ਹਵਾਮੀ ਮੇਰਾ ਸਰੋ ਗਲ ਬਣ ਆਈ ਪ੍ਰਗਟ ਭਈ ਸਗਲੇ ਯੁਗ ਅੰਦਰ ਗੁਰੂ ਨਾਨਕ ਹੀ ਵੜਿਆ। ਹੁਣ ਹਰ ਇੱਕ ਬੰਦਾ ਕਹਿੰਦਾ ਕਿ ਮੇਰੇ ਸਭੇ ਕਾਰਜ ਪੂਰੇ ਹੋ ਜਾਣ, ਮੇਰੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਣ, ਤੇ ਮੇਰੇ ਗੁਰਦੇਵ ਕਹਿੰਦੇ ਨੇ ਧਰਨ ਸੁਣਨੀ ਹਰ ਅੰਦਰ ਜੁੜਾਵੀ ਹਰ ਪ੍ਰੇਮ ਪੁਰਖ ਮਨ ਉੱਠਾ ਸਭੇ ਕਾਰਜ ਸੁਹੇਲੇ ਥੀਏ ਗੁਰੂ ਨਾਨਕ ਸਤਿਗੁਰ ਉੱਠਾ। ਹੁਣ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਕੋਈ ਆਮ ਇਨਸਾਨ ਸਨ? ਉਹਦਾ ਜਵਾਬ ਆਵੇਗਾ ਨਹੀਂ। ਬਾਣੀ ਕਹਿੰਦੀ ਹੈ ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ ਜੋ ਤੂੰ ਪਹਰੇ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸੁ ਤਤ ਮਲਾਇਓ। ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੋਂ ਸ਼ਬਦ ਮਿਲ ਗਿਆ ਨਾ, ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਆਪ ਨਾਰਾਇਣ ਦਾ ਰੂਪ ਸਨ, ਉਹ ਖੁਦ ਨਾਰਾਇਣ ਸਨ, ਅਕਾਲ ਪੁਰਖ ਸਨ। ਤੇ ਜਿਹਨੂੰ ਗੁਰੂ ਨਾਨਕ ਦੇਵ ਜੀ ਦੇ ਕੋਲੋਂ ਸ਼ਬਦ ਮਿਲ ਗਿਆ ਉਹਦਾ ਤੇ ਜਨਮ ਮਰਨ ਕੱਟਿਆ। ਪਰ ਮਾਫ ਕਰਨਾ, ਅੱਜ ਕੱਲ੍ਹ ਪਖੰਡੀ ਸਾਧਾਂ ਦਾ ਬੜਾ ਬੋਲ ਬਾਲਾ ਹੈ, ਪਰ ਸੱਚਾ ਗੁਰੂ ਜੀ ਨੂੰ ਇੱਕ ਸ਼ਬਦ ਦੇ ਦੇਵੇ ਨਾ ਉਹਦਾ ਜਨਮ ਮਰਨ ਕੱਟਿਆ ਜਾਂਦਾ ਹੈ। ਗੁਰ ਕਾ ਸ਼ਬਦ ਨਾ ਮੇਟੈ ਕੋਏ ਗੁਰ ਨਾਨਕ ਨਾਨਕ ਹਰ ਸੁਣੇ, ਉਹਦਾ ਤੇ ਜਨਮ ਮਰਨ ਕੱਟਿਆ ਜਾਂਦਾ ਹੈ। ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਕੋਲੋਂ ਸ਼ਬਦ ਮਿਲ ਗਿਆ, ਜਿਹਨਾਂ ਨੂੰ ਉਹਨਾਂ ਦੀ ਓਟ ਮਿਲ ਗਈ। ਭਗਵਾਨ ਕ੍ਰਿਸ਼ਨ ਨੇ ਗੀਤਾ ਦੇ ਵਿੱਚ ਅਰਜਨ ਵਿੱਚ ਚੱਲ ਗਈ ਸੀ ਕਹਿਣ ਲੱਗਾ ਹੈ ਅਰਜਨ, ਜਦੋਂ ਜਦੋਂ ਵੀ ਦੁਨੀਆਂ ਦੇ ਉੱਤੇ ਪਾਪ ਬਣਦਾ ਹੈ ਧਰਮ ਦੀ ਹਾਨੀ ਹੁੰਦੀ ਹੈ ਨਾ, ਉਸ ਵੇਲੇ ਮੈਂ ਉਧਾਰ ਕਰਕੇ ਬੋਲਦਾ ਰਿਹਾ ਉਸ ਅਕਾਲ ਪੁਰਖ ਆਉਂਦਾ ਰਿਹਾ ਤੇ ਆਉਂਦਾ ਰਿਹਾ ਕਰਾਂਗਾ। ਸੱਚਮੁੱਚ ਅੱਜ ਗੁਰੂ ਨਾਨਕ ਦੇਵ ਜੀ ਮਹਾਰਾਜ ਆਪ ਉਸ ਅਕਾਲ ਪੁਰਖ ਦਾ ਰੂਪ ਧਾਰਨ ਕਰਕੇ ਆਏ। ਕੁਦਰਤ ਦਾ ਇੱਕ ਯੂਨੀਵਰਸਲ ਅਸੂਲ ਹੈ, ਜਿਵੇਂ ਹਰ ਕਰਮ ਦਾ ਪ੍ਰਤੀ ਕਰਮ ਹੁੰਦਾ ਹੈ, ਹਰ
ਐਕਸ਼ਨ ਦਾ ਰਿਐਕਸ਼ਨ ਹੁੰਦਾ ਹੈ ਜਿਵੇਂ ਹਰ ਧੁੱਪ ਉੱਪਰ ਛਾਵੇਂ ਪਹਿਲਾਂ ਕਰਦੀ ਹੈ ਜਿਵੇਂ ਹਰ ਗ੍ਰਿਆਮ ਤੋਂ ਬਾਅਦ ਬਹਾਰ ਹੁੰਦੀ ਹੈ ਜਿਵੇਂ ਬਚਪਨ ਤੋਂ ਬਾਅਦ ਜਵਾਨੀ ਤੇ ਜਵਾਨੀ ਤੋਂ ਬਾਅਦ ਬੁਢਾਪਾ ਆਉਂਦਾ ਹੈ ਠੀਕ ਇਹ ਵੀ ਇੱਕ ਗੱਲ ਉਹਦੇ ਵੀ ਗੁਰਤ ਹੈ ਕਿ ਜੁਰਮ ਔਰ ਅਤਿਆਚਾਰ ਤੋਂ ਬਾਅਦ ਇਨਕਲਾਬ ਜ਼ਰੂਰ ਹੁੰਦਾ ਹੈ ਤੇ ਡਾਕਟਰ ਸਾਹਿਬਾ ਜੀ ਕਹਿੰਦੇ ਨੇ ਹਜ਼ਾਰੋਂ ਸਾਲ ਨਰਕ ਸੀ ਆਪਣੀ ਬੇਦੀ ਬੇਰੁਨੀ ਹੈ ਬੜੀ ਮੁਸ਼ਕਲ ਸੇ ਹੁੰਦਾ ਹੈ ਕਬਰ ਮੇ ਲੀਲਾ ਹੁੰਦਾ ਹੈ ਮੇਰੇ ਲੋਕਾਂ ਨੇ ਇਸ ਮੁਲਕ ਦੇ ਲੋਕਾਂ ਨੇ ਹਜ਼ਾਰ ਹਾ ਸਾਲ ਦੀ ਤਪੱਸਿਆ ਦਾ ਨਤੀਜਾ ਸੀ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਸੰਸਾਰ ਦੇ ਉੱਤੇ ਆਏ ਜਦੋਂ ਮੇਰੇ ਮੁਲਕ ਦੇ ਇਹੋ ਜਿਹੇ ਹਾਲਾਤ ਬਣ ਗਏ ਚਾਰ ਵਰਡ ਚਾਰ ਮਹਜਬ ਜਗ ਵਿੱਚ ਹਿੰਦੂ ਮੁਸਲਮਾਨੇ ਉਹਦੀ ਵਕੀਲੀ ਤਕੱਬਰੀ ਖਿੱਚੋ ਤਾਂ ਕਰੇਣ ਧਾਰੇ ਗੰਗ ਬਨਾਰ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ ਮੈਂ ਸੁਨਤ ਮੁਸਲਮਾਨ ਦੀ ਤੈ ਕਿਤੇ ਨੂੰ ਹਿੰਦੂ ਨਾ ਮਾਰੇ ਅੱਗੇ ਜਾ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ ਇਹਦੀ ਬਹੁਤੀ ਉਮਰ ਸੀ ਨਾ ਉਹਦੀ ਸੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਤੇ ਸਾਨੂੰ ਹੱਥ ਸੱਚ ਵਿਖਾਉਂਦੀ ਏ ਸੱਚ ਦਾ ਰਾਸਤਾ ਦਸੋਂਦੀ ਏ ਹਜ਼ੂਰ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਪੀ ਸੱਚ ਤੇ ਸੱਚ ਦੀ ਬਹੁਤ ਜ਼ਿਆਦੀ ਉਮਰ ਸੀ ਕੂੜ ਤੇ ਖੁੱਟੇ ਨਾਨਕਾ ਤੋੜ ਸੱਚ ਰਹੀ ਹਮੇਸ਼ਾ ਸੱਚ ਦਾ ਬੋਲਣ ਵਾਲਾ ਹੁੰਦਾ ਹੈ ਲੋੜ ਸੀ ਸੱਚ ਦੀ ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੱਚ ਕਿਨਾਰੇ ਰਹਿ ਗਿਆ ਖੈਰ ਮਰਦੇ ਬਾਹਮਣ ਮੌਲਾਣੇ ਅਖੀਰ ਦੇ ਬੜੀ ਸੁੰਦਰ ਗੱਲ ਕਹੀ ਹੈ ਸਿਰੋਂ ਨਾ ਮਿਟੇ ਆਵਣ ਜਾਣ ਮੇਰੇ ਮੁਲਕ ਦੇ ਲੋਕਾਂ ਦਾ ਆਹ ਹਾਲਾਤ ਹੋਇਆ ਪਿਆ ਸੀ ਮੱਥੇ ਟਿੱਕਾ ਤੇਰ ਧੋਤੀ ਕਾ ਖਾਈ ਹੱਥ ਛੁਰੀ ਜਗ ਕਟਾਈ ਮੂੰਹ ਮੇ ਰਾਮ ਰਾਮ ਤੇ ਬਗਲ ਦੇ ਵਿੱਚ ਛੁਰੀ ਹੋਣੀ ਇਹੋ ਨੇ ਸਾਡੇ ਧਾਰਮਿਕ ਆਗੂਆਂ ਦੀ ਹਾਲਾਤ ਹੋਈ ਪਈ ਸੀ ਲੋਕਾਂ ਨੇ ਹੋਕੇ ਲੈ ਹਾੜੇ ਕੱਢੇ ਫਰਿਆਦਾਂ ਕੀਤੀਆਂ ਬ੍ਰਹਮਾ ਵਿਸ਼ਨੂੰ ਮਹੇਸ਼ ਦੇ ਲਾਡਾਂ ਵਾਲੀ ਦੇਵ ਤੇ ਦੁਨੀਆਂ ਨੇ ਕੁੱਲ ਬਣਾਏ ਲੋਕਾਂ ਕਿਤੇ ਹਨੂਮਾਨ ਵੀਰ ਤੇ ਧਿਆਏ ਮੰਤਰ ਪੜ੍ਹਨ ਦੇ ਸ਼ਰੇ ਕਮਾਏ ਲੋਕਾਂ ਜਦ ਕੋਈ ਨਾ ਬੋੜਿਆ ਸੱਚੇ ਰੱਬ ਅੱਗੇ ਵਾਸਤੇ ਪਾਏ ਤੇ ਮੇਰੇ ਮੁਲਕ ਦਾ ਇਹੋ ਜਿਹਾ ਹਾਲਾਤ ਹੋਇਆ ਪਿਆ ਸੀ ਕੋਟੇ ਕੋਟੇ ਧਰਤ ਪੰਜਾਬ ਦੀ ਤੇ ਬਈ ਸ਼ੌਰੀ ਦੁੱਖਾਂ ਵਿੱਚ ਸ਼ੀਆਂ ਨੇ ਪਾਈ ਹੋਈ ਸੀ ਹੱਲੇ ਹੁਣ ਦੇ ਨਿੱਜਰ ਵਾਲਿਆਂ ਦੇ ਐਸੀ ਜਾਨ ਕਰੀਕੀ ਵਿੱਚ ਆਈ ਹੋਈ ਸੀ ਇੱਧਰ ਪੰਡਤਾਂ ਨੇ ਸ਼ੂਦਰ ਆਖ ਕਹਿੰਦੇ ਔਰਤ ਪੈਰ ਦੀ ਜੁੱਤੀ ਬਣਾਈ ਹੋਈ ਸੀ ਤੇ ਉੱਧਰ ਗੱਜੀ ਦੀ ਮੰਡੀ ਦੇ ਵਿੱਚ ਟੰਗੇ ਟੰਗੇ ਤੇ ਲੜ ਗਈ ਖੇਤੀ ਲਾਈ ਹੋਈ ਸੀ ਧੰਨਵਾਦ ਸੁਣਨਾ ਚਾਹੀ ਹੀਰੇ ਜਵਾਹਰ ਸਭ ਕਾਬਲ ਦਾ ਬਣ ਸ਼ਿਕਾਰ ਹੈ ਸੀ ਬੱਚਾ ਬੱਚਾ ਮੁਰਗੜਾ ਐਸੀ ਜ਼ਿੰਦਗੀ ਤੋਂ ਹੋਇਆ ਲਾਚਾਰ ਹੈ ਲੋਕਾਂ ਨੇ ਫਿਰ ਫਰਿਆਦਾਂ ਕੀਤੀਆਂ
ਸਾਹਿਬਾਂ ਦੇ ਅਲਮਾਨਾਂ ਦੇ ਬਾਕੀਆਂ ਹਾਜ਼ਰੀਆਂ ਭਰਤੀਆਂ ਹੋਈਆਂ ਪਵਿੱਤਰ ਇਤਿਹਾਸ ਦਾ ਸਤਿਕਾਰ ਕਰਨ ਵਾਲੀਆਂ ਸਰਬੱਤ ਸੰਗਤਾਂ ਵੱਲੋਂ ਬਹੁਤ ਸਾਰਾ ਮਾਣ ਸਤਿਕਾਰ ਅਸ਼ੀਰਵਾਦ ਆਇਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਕਾਰ ਯੋਗ ਪ੍ਰਧਾਨ ਸਾਹਿਬਾਨ ਮਸਤ ਪ੍ਰੀਤਮ ਬਲਜੀਤ ਸਿੰਘ ਜੀ ਬਹੁਤ ਸਾਰਾ ਅਸ਼ੀਰਵਾਦ ਭੇਜ ਗਏ ਨੇ ਖਜਾਨਸੀ ਸਾਹਿਬਾਨ ਸਰਦਾਰ ਤਰਲੋਚਨ ਸਿੰਘ ਜੀ ਉਹਨਾਂ ਵੱਲੋਂ ਵੀ ਆਪਣੇ ਮੰਜ਼ਿਲ ਬਹੁਤ ਸਾਰਾ ਮਾਣ ਸਤਿਕਾਰ ਅਸ਼ੀਰਵਾਦ ਭੇਜਿਆ ਗਿਆ ਹੈ ਸਤਿਕਾਰ ਯੋਗ ਸ਼੍ਰੀਮਾਨ ਸਰਦਾਰ ਸੁਰਜੀਤ ਸਿੰਘ ਜੀ ਉਹ ਵੀ ਬਹੁਤ ਸਾਰਾ ਅਸ਼ੀਰਵਾਦ ਭੇਜ ਗਏ ਨੇ ਸਰਬੱਤ ਸੰਗਤਾਂ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਵੱਲੋਂ ਮੇਰੇ ਬਜ਼ੁਰਗਾਂ ਵੱਲੋਂ ਮੇਰੀਆਂ ਮਾਤਾਵਾਂ ਵੱਲੋਂ ਭੈਣਾਂ ਵੱਲੋਂ ਨੌਜਵਾਨ ਵੀਰਾਂ ਵੱਲੋਂ ਛੋਟੇ ਬੱਚਿਆਂ ਵੱਲੋਂ ਬਹੁਤ ਸਾਰਾ ਅਸ਼ੀਰਵਾਦ ਪੁੱਟਿਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਸਤਿਕਾਰਯੋਗ ਸ਼੍ਰੀਮਾਨ ਸਰਦਾਰ ਹਰਬੰਸ ਸਿੰਘ ਜੀ ਹੌਲੈਂਡ ਵਾਲੇ ਜਿਨ੍ਹਾਂ ਨੇ ਉੱਤਮ ਕੌਰ ਉਪਰਾਲੇ ਦੇ ਨਾਲ ਨਗਰ ਵਾਸੀ ਸੰਗਤਾਂ ਜਿੱਥੇ ਸਹਿਯੋਗ ਦਿੱਤੀਆਂ ਨੇ ਕਿਉਂਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਗੁਰਪੁਰਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਗੁਰਪੁਰਬ ਤੇ ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਦੇ ਗੁਰਪੁਰਬ ਮਨਾਉਣ ਵਾਸਤੇ ਉਹਨਾਂ ਨੇ ਖਾਸ ਤੌਰ ਉੱਤੇ ਉਪਰਾਲਾ ਰੱਖਿਆ ਹੈ ਉਹਨਾਂ ਦੇ ਪਰਿਵਾਰ ਨੂੰ ਬਹੁਤ ਸਾਰਾ ਅਸ਼ੀਰਵਾਦ ਪਹੁੰਚਿਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨੀ ਹੈ ਤਵੱਜੋ ਦਿਓ ਆਪਣੇ ਖਿਆਲਾਤ ਉੱਥੇ ਲੈ ਕੇ ਚੱਲੀਏ ਮੈਨੂੰ ਹੁਕਮ ਹੋਇਆ ਸੀ ਸਤਿਕਾਰਯੋਗ ਸ਼੍ਰੀਮਾਨ ਸਰਦਾਰ ਤਰਲੋਚਨ ਸਿੰਘ ਜੀ ਹੋਣਾ ਵੱਲੋਂ ਕਿ ਕਲੀ ਦੀ ਆਈਟਮ ਜ਼ਰੂਰ ਸੰਗਤਾਂ ਨਾਲ ਸਾਂਝੀ ਕਰਨੀ ਹੈ ਤੋ ਆਪ ਜੀ ਦੇ ਨਾਲ ਇਹ ਕਲੀ ਦੀ ਆਈਟਮ ਜਿਹੜੀ ਹੈ ਸਾਂਝੀ ਕੀਤੀ ਗਈ ਹੈ ਆਓ ਆਪਣੇ ਖਿਆਲਾਤ ਅੱਗੇ ਲੈ ਕੇ ਚੱਲੀਏ ਧਰਤੀ ਨੇ ਜਾ ਕੇ ਫਰਿਆਦ ਕੀਤੀ ਹੈ ਉਸ ਵਾਹਿਗੁਰੂ ਨੇ ਪੁੱਛਿਆ ਕਿ ਤੈਨੂੰ ਕਿਹੜੀ ਵਸਤੂ ਦਾ ਭਾਰ ਜ਼ਿਆਦਾ ਲੱਗ ਰਿਹਾ ਹੈ ਕਹਿੰਦੀ ਮੈਨੂੰ ਤੇ ਪਾਪੀਆਂ ਦਾ ਭਾਰ ਸਭ ਤੋਂ ਵੱਧ ਲੱਗ ਰਿਹਾ ਹੈ ਖਾਲਸਾ ਜੀ ਫਰਿਆਦ ਜਦੋਂ ਕੀਤੀ ਹੈ ਸੱਚੇ ਮਨ ਦੇ ਨਾਲ ਕੀਤੀ ਹੋਈ ਫਰਿਆਦ ਪੂਰੀ ਹੋ ਜਾਂਦੀ ਹੈ ਉਰਦੂ ਦਾ ਸ਼ਾਇਰ ਕਹਿੰਦਾ ਹੈ ਖੁਦਾ ਮਨਜ਼ੂਰ ਕਰਤਾ ਹੈ ਦੁਆ ਜਬ ਦਿਲ ਸੇ ਹੋਤੀ ਹੈ ਮਗਰ ਮੁਸ਼ਕਲ ਤੋਂ ਜੇ ਹੈ ਜੇ ਬੜੀ ਮੁਸ਼ਕਲ ਸੇ ਹੁੰਦੀ ਹੈ ਸੱਚੇ ਮਨ ਦੇ ਨਾਲ ਹੋਈ ਅਰਦਾਸ ਕਦੇ ਅਧੂਰੀ ਨਹੀਂ ਰਹਿੰਦੀ ਜ਼ਰੂਰ ਪੂਰੀ ਹੁੰਦੀ ਹੈ ਜਿਵੇਂ ਹਿੰਦੂਆਂ ਦੇ ਵਿੱਚ ਵੇਦ ਵਿਆਸ ਮਹਾਨ ਮੰਨੇ ਗਏ ਨੇ ਜਿਵੇਂ ਮੁਸਲਮਾਨਾਂ ਦੇ ਵਿੱਚ ਇਮਾਮੇ ਆਜ਼ਮ ਆਲਾ ਕਿਹਨੇ ਗਏ ਨੇ ਜਿਵੇਂ ਈਸਾਈਆਂ ਦੇ ਅੰਦਰ ਸੇਂਟ ਪਾਲ ਬੜੇ ਉੱਘੇ ਰਾਈਟਰ ਮੰਨੇ ਗਏ ਨੇ ਵਿਦਵਾਨ ਮੰਨੇ ਗਏ ਨੇ ਬਿਲਕੁਲ ਇਹੀ ਰੁਤਬਾ ਸਿੱਖ ਇਤਿਹਾਸ ਦੇ ਅੰਦਰ ਸਿੱਖ ਧਰਮ ਦੇ ਅੰਦਰ ਉਹ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ ਕਹਿੰਦੇ ਨੇ ਅਕਾਲ ਪੁਰਖ ਦੇ ਚਰਨਾਂ ਤੇ ਫਰਿਆਦ ਹੋਈ ਮੇਰੇ ਸਤਿਗੁਰੂ ਪਾਤਸ਼ਾਹ ਜੀ ਮਹਾਰਾਜ ਜਨਮਾ ਜਨ ਹੋ ਕੇ ਆਏ ਇੱਕ ਜਗ੍ਹਾ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਜਿਉਂ ਕਰ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਪਨੋਵਾ ਸਿੰਘ ਮੁੱਕੇ ਬਰਦਾਵਲੀ ਭੰਨੀ ਜਾਏ ਨਾ ਧੀਰ ਧਰੋਵਾ ਬੜੀ ਸੁੰਦਰ ਗੱਲ ਕਹਿੰਦੇ ਨੇ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ ਹੁਣ ਇੱਥੇ ਇੱਕ ਸਵਾਲ ਪੈਦਾ ਹੁੰਦਾ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਥੇ ਧੁੰਦ ਸ਼ਬਦ ਲਿਖਿਆ ਉਹਨੇ ਹਨੇਰਾ ਸ਼ਬਦ ਕਿਉਂ ਨਹੀਂ ਲਿਖਿਆ ਕਿਉਂ ਨਹੀਂ ਵਰਤਿਆ ਖਾਲਸਾ ਜੀ ਇਹ ਸਵਾਲ ਪੁੱਛਦੇ ਨੇ ਇੱਕ ਪ੍ਰਸ਼ਨ ਪੈਦਾ ਹੁੰਦਾ ਹੈ ਤੇ ਜੇ ਹੁਣ ਇੱਥੇ ਦੇਖਿਆ ਜਾਵੇ ਇੱਕ ਗੱਲ ਨੋਟ ਕਰਨ ਵਾਲੀ ਹੈ ਹਨੇਰਾ ਓਨਾ ਖਤਰਨਾਕ ਨਹੀਂ ਹੁੰਦਾ ਜਿੰਨੀ ਕਿ ਧੁੰਦ ਖਤਰਨਾਕ ਹੁੰਦੀ ਹੈ ਮੱਸਿਆ ਦੀ ਕਾਲੀ ਬੋਲੀ ਰਾਤ ਚੜ ਜਾਵੇ ਸਿਤਾਰਿਆਂ ਦੀ ਲਾਈਟ ਕੁਝ ਨਾ ਕੁਝ ਬੰਦੇ ਨੂੰ ਰਸਤਾ ਵਿਖਾ ਦਿੰਦੀ ਹੈ ਪਰ ਜਦੋਂ ਪੈ ਜਾਵੇ ਨਾ ਧੁੰਦ ਫਿਰ ਕਾਰਾਂ ਦੇ ਐਕਸੀਡੈਂਟ ਬੱਸਾਂ ਦੇ ਐਕਸੀਡੈਂਟ ਰੇਲ ਗੱਡੀਆਂ ਦੇ ਐਕਸੀਡੈਂਟ ਹਵਾਈ ਜਹਾਜ਼ਾਂ ਦੇ ਐਕਸੀਡੈਂਟ ਬੜਾ ਕੁਝ ਹੋ ਜਾਂਦਾ ਹੈ ਤੇ ਉਸ ਵੇਲੇ ਪਾਪ ਦੀ ਧੁੰਦ ਛਾ ਚੁੱਕੀ ਸੀ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਨੋਵਾ ਜਦੋਂ ਸੂਰਜ ਨਿਕਲਦਾ ਹੈ ਨਾ ਫਿਰ ਤਾਰੇ ਜਿਹੜੇ ਅਲੋਪ ਹੋ ਜਾਂਦੇ ਨੇ ਸਿੰਘ ਮੁੱਕੇ ਮਿਰਗਾਵਲੀ ਜਦੋਂ ਸ਼ੇਰ ਕਰਜਦਾ ਹੈ ਨਾ ਫਿਰ ਮਿਰਗਾਂ ਨੂੰ ਦੌੜਨ ਲੱਗਿਆ ਨੂੰ ਟਾਈਮ ਨਹੀਂ ਲੱਗਦਾ ਸਮਝੋ ਵੀ ਐਵੇਂ ਪਖੰਡੀ ਲੋਕ ਦੌੜ ਰਿਹਾ ਹਰਗੁਰ ਮਹਾਰਾਜ ਦਾ ਪ੍ਰਕਾਸ਼ ਹੋਇਆ ਹਰਗੁਰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵੱਡੇ ਵਡੇਰੇ ਜੀ ਉਹ ਰਹਿੰਦੇ ਸੀ ਪਿੰਡ ਪੱਖੋ ਪਿੰਡ
ਜਿੱਥੇ ਹਰਪੁਰ ਜਲਵਾ ਜਲ ਹੋਏ ਰਾਏ ਭੋਏ ਦੀ ਤਲਵੰਡੀ ਵਿੱਚ ਹਰਪੁਰ ਨੇ ਜਾ ਕੇ ਅਵਤਾਰ ਧਾਰਿਆ। ਇਹਨਾਂ ਦੇ ਵੱਡੇ ਵੱਡੇ ਨਗਰ ਦੇ ਵਿੱਚ ਰਿਹਾ ਕਰਦੇ ਸੀ। ਹਜ਼ੂਰ ਦੇ ਦਾਦੇ ਦਾ ਨਾਮ ਸੀ ਸ਼੍ਰੀ ਸ਼ਿਵ ਰਾਮ ਜੀ ਤੇ ਹਜ਼ੂਰ ਦੇ ਦਾਦੀ ਦਾ ਨਾਮ ਸੀ ਮਾਤਾ ਬਨਾਰਸੀ ਜੀ। ਉਹਨਾਂ ਦੀ ਕੁੱਖੋਂ ਦੋ ਸਾਹਿਬਜ਼ਾਦੇ ਜਨਮੇ, ਮਹਿਤਾ ਕਾਲੂ ਚੰਦ ਜੀ ਤੇ ਹਜ਼ੂਰ ਦੇ ਚਾਚਾ ਲਾਲੂ ਚੰਦ ਜੀ। ਦੋ ਸਾਹਿਬਜ਼ਾਦੇ ਜਨਮੇ ਨੇ, ਬੜੀ ਖੁਸ਼ੀ ਮਨਾਈ ਗਈ। ਉਹਨਾਂ ਦਿਨਾਂ ਦੇ ਵਿੱਚ ਜੇ ਕੋਈ ਬੰਦਾ ਇਸਲਾਮ ਧਰਮ ਗ੍ਰਹਿਣ ਕਰ ਲੈਂਦਾ ਸੀ ਨਾ ਤੇ ਲੋਧੀਆਂ ਦੀ ਸਰਕਾਰ ਨੂੰ ਜਾਗੀਰ ਦਿਆ ਕਰਦੀ ਸੀ। ਰਾਏ ਭੋਏ ਨੇ ਇਸਲਾਮ ਧਰਮ ਗ੍ਰਹਿਣ ਕਰ ਲਿਆ। ਰਾਏ ਭੋਏ ਦਾ ਪੁੱਤਰ ਸੀ ਰਾਏ ਗੁਲਾਰ, ਬੜਾ ਨੇਕ ਖਿਆਲ ਦਾ ਬੰਦਾ ਸੀ ਇਹ। ਤੇ ਇਹ ਰਾਏ ਬੁਲਾਰ ਮਹਿਤਾ ਕਾਲੂ ਚੰਦ ਜੀ ਨੂੰ ਆਪਣੇ ਨਾਲ ਲੈ ਗਿਆ, ਕਿਉਂਕਿ ਜਿਹੜਾ ਸ਼ੇਖੂਪੁਰਾ ਦੇ ਵਿੱਚ 20 ਪਿੰਡਾਂ ਦੀ ਜਾਗੀਰ ਦਿੱਤੀ ਲੋਧੀਆਂ ਦੀ ਸਰਕਾਰ ਨੇ ਰਾਏ ਭੋਏ ਨੂੰ, ਤੇ ਰਾਏ ਬੁਲਾਰ ਆਪਣੇ ਨਾਲ ਲੈ ਗਿਆ ਮੁਖਤਿਆਰੀ ਅੱਜ ਬਣਾ ਕੇ ਭਾਵ ਪਟਵਾਰੀ ਬਣਾ ਕੇ। ਤੇ ਉਹਨਾਂ 20 ਪਿੰਡਾਂ ਦੇ ਵਿੱਚ ਰਾਏ ਬੁਲਾਰ ਨੂੰ ਜੇ ਕੋਈ ਥੱਲੇ ਹੱਥੀ ਸੀ ਤੇ ਉਹ ਸਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਚੰਦ। 1464 ਦੇ ਵਿੱਚ ਇਤਿਹਾਸ ਦੱਸਦਾ ਹੈ ਕਿ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਇੱਕ ਬੱਚੀ ਨੇ ਜਨਮ ਲਿਆ, ਮਾਤਾ ਨਾਨਕੀ ਜੀ ਦਾ ਜਨਮ ਹੋਇਆ। ਕਹਿੰਦੇ ਨੇ ਮਾਤਾ ਤ੍ਰਿਪਤਾ ਜੀ ਆਪਣੇ ਪੇਕੇ ਘਰ ਚਲੇ ਗਈ ਹਜ਼ੂਰ ਦੇ ਨਾਨਕੇ ਘਰ। ਜਿੱਥੇ ਬੱਚੀ ਦਾ ਜਨਮ ਹੋਇਆ, ਜਦੋਂ ਬੱਚੀ ਦਾ ਜਨਮ ਹੋਇਆ ਜਿਹੜੀਆਂ ਮਾਈਆਂ ਬੀਬੀਆਂ ਸੀ ਕਹਿਣ ਲੱਗੀਆਂ ਇਹਨੇ ਨਾਨਕੀਆਂ ਦੇ ਘਰ ਦਾ ਜਨਮ ਲਿਆ ਹੈ, ਇਹਦਾ ਨਾਂ ਨਾਨਕੀ ਰੱਖ ਦਿਓ, ਕਿਉਂਕਿ ਜਿਹੜੇ ਜਿਹੜੇ ਨਾਂ ਰੱਖਣ ਦਾ ਰਿਵਾਜ ਹੋਇਆ ਕਰਦਾ ਸੀ ਪਿਛਲੇ ਜ਼ਮਾਨਿਆਂ ਦੇ ਅੰਦਰ। ਨਾਮ ਰੱਖਿਆ ਗਿਆ ਨਾਨਕੀ, ਘਰ ਦੇ ਵਿੱਚ ਕੋਈ ਬਹੁਤੀ ਜ਼ਿਆਦਾ ਖੁਸ਼ੀ ਨਹੀਂ ਮਨਾਈ ਗਈ, ਕਿਉਂਕਿ ਇਹ ਸਾਡੇ ਮੁਲਕ ਦੇ ਵਿੱਚ ਦੇਖੋ ਨਾਨਕੇ ਘਰ ਜਨਮ ਹੋਇਆ ਕੋਈ ਬਹੁਤੀ ਜ਼ਿਆਦਾ ਧੀਆਂ ਦੀ ਖੁਸ਼ੀ ਨਹੀਂ ਮਨਾਉਂਦੇ ਲੋਕ, ਬੱਚੀ ਦਾ ਜਨਮ ਹੋਇਆ। ਹੁਣ ਜੇ ਕਿਸੇ ਘਰ ਦੇ ਵਿੱਚ ਲੈ ਲਵੇ ਲੜਕਾ ਜਨਮ ਤੇ ਕੋਈ ਠੇਕੇ ਨੂੰ ਤੋੜਿਆ ਜਾਂਦਾ ਹੈ, ਕੋਈ ਲੱਡੂ ਬਣਦਾ ਹੈ, ਕੋਈ ਪਤਾਸੇ ਬਣਦਾ ਹੈ, ਕੋਈ ਕੁਝ ਬਣਦਾ ਹੈ, ਕੋਈ ਠੇਕਿਆਂ ਨੂੰ ਤੋੜਿਆ ਜਾਂਦਾ ਹੈ, ਸੁੱਖ ਨਾਲ ਕਹਿੰਦੇ ਕਾਕਾ ਹੋਇਆ ਹੈ। ਤੇ ਜੇ ਰੱਬ ਨਾ ਕਰੇ ਦੋ ਤਿੰਨ ਧੀਆਂ ਪੈਦਾ ਹੋ ਜਾਣ, ਲੜਕੀਆਂ ਪੈਦਾ ਹੋ ਜਾਣ, ਫਿਰ ਸਾਰੇ ਘਰਦਿਆਂ ਦਾ ਮੂੰਹ ਇਉਂ ਹੋ ਜਾਂਦਾ ਜਿਵੇਂ ਖੰਭੇ ਦੇ ਉੱਤੇ ਖਤਰਾ ਲਿਖਿਆ ਹੁੰਦਾ। ਫਿਰ ਨੀ ਕੋਈ ਠੇਕੇ ਨੂੰ ਤੋੜਦਾ, ਨਾ ਕੋਈ ਲੱਡੂ ਬਣਦਾ, ਨਾ ਕੋਈ ਪਤਾਸੇ ਬਣਦਾ ਹੈ। ਤੇ ਜੇ ਕੋਈ ਪੁੱਛ ਲਵੇ ਨਾ ਭੈਣੇ ਕੀ ਹੋਇਆ ਏ, ਕਹਿਣ ਲੱਗੀਆਂ ਕੀ ਦੱਸੀਏ ਭੈਣੇ ਪੱਥਰ ਹੀ ਪਿਆ ਏ। ਤੈਨੂੰ ਪੁੱਛਣ ਵਾਲਾ ਹੋਇਆ ਜਦੋਂ ਤੂੰ ਜਮੀ ਤੂੰ ਫੁੱਲ ਰਹਿ ਸਨ। ਦੇਖੋ ਧੀਆਂ ਦੇ ਪੁੱਤਾਂ ਦੇ ਵਿੱਚ ਆ ਅੱਜ ਅਸੀਂ ਕਿਸ ਪਾਸੇ ਨੂੰ ਜਾ ਰਹੇ, ਇੱਕ ਬਾਰਾ ਪੈ ਰਿਹਾ ਏ ਤੁਹਾਨੂੰ ਨਹੀਂ। ਤੁਸੀਂ ਹਾਂ ਟੈਲੀਵਿਜ਼ਨ ਵੇਖਦੇ ਹੋ, ਐਂਟਰਟੇਨਮੈਂਟ ਦੇ ਬੜੇ ਸਾਧਨ
ਜਾਣਾ ਮਾਸੀ ਦਾ ਰਿਸ਼ਤਾ ਮਾਸੀ ਮਾਸਾ ਦਾ ਰਿਸ਼ਤਾ ਖਤਮ ਹੋ ਜਾਣਾ ਹੈ ਇਹ ਗੱਲਾਂ ਸੋਚਣ ਵਾਲੀਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਸਾਡੀ ਆਉਣ ਵਾਲੀ ਜਨਰੇਸ਼ਨ ਹੋਣੀ ਹੈ ਨਾ ਉਹਨਾਂ ਨੇ ਪੁੱਛਣਾ ਕਿ ਸਾਡਾ ਮਾਸੜ ਕੌਣ ਹੈ ਸਾਡੀ ਮਾਸੀ ਕੌਣ ਹੈ ਸਾਡੀ ਚਾਚੀ ਕੌਣ ਹੈ ਦੱਸੋ ਅਸੀਂ ਕੀ ਜਵਾਬ ਦੇਵਾਂਗੇ ਉਹਨਾਂ ਨੂੰ ਆਉਣ ਵਾਲਿਆਂ ਨੂੰ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਰਿਸ਼ਤੇ ਖਤਮ ਹੋ ਜਾਣੇ ਨੇ ਕਿਉਂਕਿ ਅੱਜ ਪਾਰਾ ਇੰਨਾ ਜ਼ਿਆਦਾ ਵਧਿਆ ਕੀ ਭੁੱਖ ਦੇ ਅੰਦਰ ਕਤਲ ਹੋ ਰਹੀ ਹੈ ਤਵੱਜੋ ਦੇਣੀ ਪੰਜਾਬੀ ਦੇ ਸ਼ਾਇਰ ਨੇ ਬੜੀਆਂ ਸੁੰਦਰ ਸਤਰਾਂ ਕਹੀਆਂ ਨੇ ਉਹ ਕਹਿੰਦਾ ਦੁਨੀਆ ਵਾਲਿਓ ਜਰਾ ਵਿਚਾਰ ਕਰ ਲਓ ਦਰਜਾ ਉਹਦਾ ਵੇਖੋ ਮਹਾਨ ਕਿੰਨਾ ਰਿਸ਼ੀ ਮੁਨੀ ਅਵਤਾਰਾਂ ਦੀ ਜਰੂਰ ਲਾਤੀ ਇਹਦਾ ਲਾੜਵਾ ਹੁਣੀ ਵਿਦਵਾਨ ਕਿੰਨਾ ਮਤ ਨਹੀਂ ਪਿੱਛੇ ਜੁੱਤੀ ਪੈਰਦੀ ਨਹੀਂ ਲੋਕਾਂ ਕੀਤਾ ਹੈ ਇਹਦਾ ਅਪਮਾਨ ਕਿੰਨਾ ਇਸੇ ਮਨ ਦਾ ਹੀ ਬਾਗ ਦਿਸੇ ਸਾਰਾ ਇਹ ਜੋ ਵਸਦਾ ਦਿਸੇ ਜਹਾਨ ਕਿੰਨਾ ਅੱਗੇ ਕਹਿੰਦਾ ਕਿਤੇ ਪਤਨੀ ਬਣ ਕੇ ਕਰੇ ਪੂਜਾ ਸਰਦਾਰੀ ਨੂੰ ਮਾਰ ਦੀਏ ਤੇ ਧੀ ਬਿਨਾਂ ਦੀ ਜੱਗ ਤੇ ਕਦਰ ਹੁੰਦੀ ਸੁਣਨਾ ਜਰਾ ਧੀ ਬਿਨਾਂ ਦੀ ਜੱਗ ਤੇ ਕਦਰ ਹੁੰਦੀ ਹੁਣ ਕਿਸੇ ਦੇ ਕਿੰਨੇ ਵੀ ਪੁੱਤ ਭਾਵੇਂ ਉਹ ਲੋਕੀ ਪੁੱਤ ਨਹੀਂ ਚੰਗਾ ਸਮਝਦੇ ਦਾੜੀ ਹੱਥ ਪਾਵੇ ਕਿਤੇ ਪੁੱਤ ਭਾਵੇਂ ਤੇ ਦੁੱਖ ਦੱਸਦੀ ਨਹੀਂ ਚੁੱਪ ਵੱਟ ਲੈਂਦੀ ਉਹ ਕਸ਼ਟ ਭੋਗਦੀ ਹੈ ਭਾਵੇਂ ਸੁਲਤਾਨ ਵਰਗਾ ਤੇ ਕੁੱਲੀ ਵਾਲੇ ਦੀ ਧੀ ਵੀ ਇਹ ਕਹਿੰਦੀ ਕੋਈ ਬਾਦਸ਼ਾਹ ਨਹੀਂ ਮੇਰੇ ਬਾਪ ਵਰਗਾ ਉਹਨਾਂ ਲੋਕਾਂ ਦੇ ਸਿਰ ਉਸ ਦਾ ਜਿਨ੍ਹਾਂ ਦੇ ਹੱਥੋਂ ਬਲੀਏ ਚੜ ਜਾਂਦੀ ਉਹ ਸੁੱਤੀ ਪਈ ਕਿਤੇ ਰਹਿ ਜਾਂਦੀ ਕਿਤੇ ਬਾਬੇ ਸਰੋਗ ਤੇ ਸੜ ਜਾਂਦੀ ਅੱਜ ਧੀਆਂ ਕਿਉਂ ਸਟੋਪਾਂ ਤੇ ਸੜਕੇ ਨੇ ਕਦੇ ਕਿਸੇ ਨੇ ਸੱਸ ਵੀ ਸੜਦੀ ਵੇਖੀ ਹੈ ਨਹੀਂ ਵੇਖੀ ਹੋਈ ਅੱਜ ਸਾਡੇ ਮੁਲਕ ਦਾ ਦੇਖੋ ਕਿਹੋ ਜਿਹਾ ਹਾਲਾਤ ਹੋ ਰਿਹਾ ਹੈ ਸਾਡੀਆਂ ਨੌਵਾਂ ਧੀਆਂ ਲੜੀਆਂ ਨੇ ਉਹ ਸਟੋਪਾਂ ਦੇ ਉੱਤੇ ਸੜ ਰਹੀਆਂ ਨੇ ਪਰ ਕਦੇ ਕਿਸੇ ਨੇ ਸੱਸ ਵੀ ਸੜਦੀ ਵੇਖੀ ਹੈ ਨਹੀਂ ਵੇਖੀ ਹੋਵੇਗੀ ਸਾਲ ਦੀ ਅੱਜ ਹੋ ਚੁੱਕੀ ਹੈ ਚਾਰ ਸਾਲ ਦੀ ਅੱਜ ਚਾਰ ਤੋਂ ਉੱਤੇ
ਹੁਣ ਜਦੋਂ ਆਪਣੀਆਂ ਸਹੇਲੀਆਂ ਨੂੰ ਆਪਣੇ ਨਾਲ ਖੇਡਦੀਆਂ ਤੱਕਦੀਆਂ ਉਹ ਆਪਣੇ ਵੀਰਾਂ ਨੂੰ ਖੜਾਉਂਦੀਆਂ ਨੇ ਤੇ ਮੰਨਦੇ ਹੁੰਦੇ ਕਿ ਕਿਆ ਉੱਠਦਾ ਹੈ ਭਵਨ ਉੱਠਦੀ ਹੈ ਭਾਵਨਾ ਉੱਠਦੀ ਹੈ ਕਾਸ਼ ਵਾਹਿਗੁਰੂ ਕਿਰਪਾ ਕਰੇ ਮੇਰੀ ਗੋਦ ਦੇ ਵਿੱਚ ਮੀਰਾ ਖੇਡੇ ਮੈਂ ਵੀ ਆਪਣੇ ਵੀਰੇ ਨੂੰ ਖੜਾਵਾ ਇਹਨਾਂ ਸਹੇਲੀਆਂ ਦੇ ਨਾਲ ਰਲ ਕੇ ਤੇ ਮਾਤਾ ਨਾਂ ਕੀ ਜੀ ਨੇ ਕਹਿੰਦੇ ਸੱਚੇ ਮਨ ਦੇ ਨਾਲ ਅਰਦਾਸ ਕੀਤੀ ਵਾਹਿਗੁਰੂ ਦੇ ਚਰਨਾਂ ਦੇ ਉੱਤੇ ਅਰਦਾਸ ਸਮਾਰਕ ਨੇ ਸੁਣੀਏ 15 April 1473 ਈਸਵੀ ਨੂੰ ਹਜੂਰ ਜਨਮਾ ਜਨਮ ਹੋਏ ਨੇ ਹਜੂਰ ਦਾ ਜਨਮ ਅਪ੍ਰੈਲ ਦੇ ਮਹੀਨੇ ਵਿੱਚ ਹੋਇਆ ਪਰ ਇਹ ਪ੍ਰਾਤਮ ਰਵਾਇਤ ਤੇ ਹਜੂਰ ਦਾ ਜਿਹੜਾ ਪ੍ਰਕਾਸ਼ ਦਿਹਾੜਾ ਹੈ ਜਨਮ ਦਿਹਾੜਾ ਹੈ ਇਹ ਕੱਤਕ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ ਜਿਹੜਾ ਇਸ ਵੇਲੇ ਨਾਨਕ ਸ਼ਾਹੀ ਕੈਲੰਡਰ ਬਣਿਆ ਹੈ ਉਹਦੇ ਮੁਤਾਬਕ ਵੀ ਕਿਉਂਕਿ ਨਾਨਕ ਸ਼ਾਹੀ ਕੈਲੰਡਰ ਦੇ ਮੁਤਾਬਕ ਵੀ ਇਹ ਦਿਨ ਜਿਹੜਾ ਕੱਤਕ ਦੀ ਪੁੰਨਿਆ ਵਾਲੇ ਦਿਨ ਰੱਖਿਆ ਗਿਆ ਹੈ ਕਿਉਂਕਿ ਕਈ ਇਹੋ ਜਿਹਾ ਤਿਉਹਾਰ ਸੀ ਜਿਹੜੇ ਕਿ ਸਾਲ ਦੇ ਵਿੱਚ ਕਈ ਵਾਰੀ ਦੋ ਦੋ ਵਾਰ ਆ ਜਾਂਦੇ ਨੇ ਤੇ ਅਗਲਾ ਸਾਲ ਵੇਲਾ ਲੰਘ ਜਾਂਦਾ ਹੈ ਇਸ ਕਰਕੇ ਇਹ ਨਵਾਂ ਕੈਲੰਡਰ ਤਿਆਰ ਹੋਇਆ ਹੈ ਜਿਹਨੂੰ ਮਾਨਤਾ ਮਿਲ ਚੁੱਕੀ ਹੈ ਇਹਦੇ ਵਿੱਚ ਤਿਥਾਂ ਨੂੰ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਭੋਗ ਰਿਹਾ ਹੈ ਮਾਨ ਸਿੰਘ ਪੁਰੇਵਾਲ ਨੇ ਇੱਕ ਨਵਾਂ ਖਰਾ ਤਿਆਰ ਕਰਕੇ ਇਹ ਸ਼ਾਨਦਾਰ ਕੈਲੰਡਰ ਤਿਆਰ ਕੀਤਾ ਹੈ ਜਿਹਦੇ ਮੁਤਾਬਕ ਸਾਨੂੰ ਸ਼੍ਰੋਮਣੀ ਕਮੇਟੀ ਨੇ ਗੁਰਪੁਰਬ ਪ੍ਰਕਾਸ਼ ਦਿਹਾੜੇ ਸ਼ਹੀਦੀ ਦਿਹਾੜੇ ਮਨਾਉਣ ਦਾ ਹੁਕਮ ਕੀਤਾ ਹੈ 15 April 1473 ਈਸਵੀ ਨੂੰ ਹਜੂਰ ਜਨਮਾ ਜਨਮ ਹੋਏ ਨੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਪਿਤਾ ਮਹਿਤਾ ਕਾਲ ਜੀ ਦੇ ਘਰ ਹਜੂਰ ਨੇ ਰਾਏ ਭੋਈ ਦੀ ਤਲਵੰਡੀ ਵਿਖੇ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਅਵਤਾਰ ਧਾਰਿਆ ਜਦੋਂ ਹਜੂਰ ਪ੍ਰਕਾਸ਼ ਧਾਰਿਆ ਨਾ ਕਹਿੰਦੇ ਨੇ ਦਾਈ ਦੌਲਤਾਂ ਵੀ ਵੇਖ ਕੇ ਤਿਹਾਰ ਹੋ ਗਈ ਲਾਉਣੀ ਮਾਤਾ ਨਾਨਕੀ ਨੂੰ ਖਬਰ ਪੁੱਜੀ ਕਿ ਘਰ ਦੇ ਵਿੱਚ ਵੀਰਾ ਜੰਮਿਆ ਏ ਬੜੀਆਂ ਉਸਨੇ ਅਕਾਲ ਪੁਰਖ ਦਾ ਸ਼ੁਕਰੀਆ ਅਦਾ ਕੀਤਾ ਹੈ ਚਾਵਾਂ ਦੇ ਨਾਲ ਨੱਚਦੀ ਹੋਈ ਉਹਨਾਂ ਆਪਣੀਆਂ ਸਹੇਲੀਆਂ ਦੇ ਕੋਲ ਪਹੁੰਚ ਕੇ ਜਿਨ੍ਹਾਂ ਦੇ ਨਾਲ ਖੇਡਿਆ ਕਰਦੀ ਸੀ ਤੇ ਉਹ ਪੁੱਛਦੀਆਂ ਨੇ ਭੈਣੇ ਅੱਜ ਕਾਹਦੀਆਂ ਖੁਸ਼ੀਆਂ ਮਨਾ ਰਹੀਆਂ ਕਹਿਣ ਲੱਗੀ ਜਿਸ ਤਰ੍ਹਾਂ ਤੁਸੀਂ ਆਪਣੇ ਵੀਰਿਆਂ ਨੂੰ ਖੜਾਉਂਦੀਆਂ ਹੈ ਨਾ ਮੈਨੂੰ ਵੀ ਮੇਰੇ ਮਾਲਕ ਨੇ ਵੀਰਾ ਦੇ ਦਿੱਤਾ ਹੈ ਤੇ ਜਿਵੇਂ ਘਰ ਘਰ ਦੇ ਵਿੱਚ ਜਾ ਕੇ ਵੱਡੀ ਭੈਣ ਨਾਨਕੀ ਆਪਣੇ ਵੀਰੇ ਦੇ ਆਉਣ ਦੀਆਂ ਖੁਸ਼ੀਆਂ ਪ੍ਰਗਟ ਕਰ ਰਹੀ ਹੈ ਵਧਾਈਆਂ ਦੇ ਰਹੀ ਹੈ ਸੁਣੋ ਪਿਆਰ ਸਤਿਕਾਰ ਦੇ ਨਾਲ ਚੰਦ ਸ਼ਬਦਾਂ ਦੇ ਵਿੱਚ ਸਾਰੀ ਸੰਗਤ ਨੂੰ ਢਾਣੀ ਹੈ ਸਭ ਵਧਾਈ ਦੇ ਕੋਈ ਸ਼ਬਦ
ਸਮਾਪਤ ਕਰਕੇ ਉਹਦੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਗੁਰਦੁਆਰਾ ਸਾਹਿਬ ਦੇ ਹਿੱਟ ਗ੍ਰੰਥੀ ਸਾਹਿਬਾਨ ਪਰਮ ਪਿਆਰੇ ਮਿੱਤਰਾਂ ਦੁਨੀਆਂ ਦੇ ਵਿੱਚੋਂ ਬਹੁਤ ਸਾਰਾ ਆਸ਼ੀਰਵਾਦ ਆਪਣੇ ਬੱਚਿਆਂ ਨੂੰ ਭੇਜ ਗਿਆ ਤੇ ਬਹੁਤ ਬਹੁਤ ਧੰਨਵਾਦ ਹੈ। ਸਤਿਕਾਰਯੋਗ ਸੂਬੇਦਾਰ ਹਰਜਿੰਦਰ ਸਿੰਘ ਜੀ ਸਾਬਕਾ ਪ੍ਰਧਾਨ ਸਾਹਿਬਾਨ ਬਹੁਤ ਸਾਰਾ ਆਸ਼ੀਰਵਾਦ ਉਹਨਾਂ ਵੱਲੋਂ ਵੀ ਆਇਆ ਹੈ। ਸਤਿਕਾਰਯੋਗ ਸ੍ਰੀ ਮਾਨ ਸਰਦਾਰ ਅਵਤਾਰ ਸਿੰਘ ਜੀ ਪੌੜੀ ਸਾਹਿਬਾਨ ਸਤਿਕਾਰਯੋਗ ਸ੍ਰੀ ਮਾਨ ਸਰਦਾਰ ਮੱਖਣ ਸਿੰਘ ਜੀ ਜੋ ਕਿ ਢਾਡੀ ਰਾਗ ਦੇ ਅਸੀਏ ਨੇ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆਇਆ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਜੀ। ਸਤਿਕਾਰਯੋਗ ਸ੍ਰੀ ਮਾਨ ਸਰਦਾਰ ਮੇਜਰ ਸਿੰਘ ਜੀ ਮੈਂਬਰ ਪ੍ਰਬੰਧਕ ਕਮੇਟੀ ਉਹ ਵੀ ਬਹੁਤ ਸਾਰਾ ਆਸ਼ੀਰਵਾਦ ਭੇਜ ਗਿਆ ਨੇ। ਸਰਦਾਰ ਦਰਸ਼ਨ ਸਿੰਘ ਜੀ ਪ੍ਰਬੰਧਕ ਕਮੇਟੀ ਮੈਂਬਰ ਬਹੁਤ ਸਾਰਾ ਆਸ਼ੀਰਵਾਦ ਉਹਨਾਂ ਵੱਲੋਂ ਲਿਆ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਸਤਿਕਾਰਯੋਗ ਸ੍ਰੀ ਮਾਨ ਸਰਦਾਰ ਜਗਜੀਤ ਸਿੰਘ ਜੀ ਪੰਜਾਂ ਪਿੰਡਾਂ ਦੀ ਸਮਿਤੀ ਦੇ ਮੈਂਬਰ ਨੇ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਮੁੰਡਿਆ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ। ਮਾਸਟਰ ਸੁਰਿੰਦਰ ਸਿੰਘ ਜੀ ਕਮੇਟੀ ਮੈਂਬਰ ਸਤਿਕਾਰਯੋਗ ਸ੍ਰੀ ਮਾਨ ਸਰਦਾਰ ਜਗਜੀਤ ਸਿੰਘ ਜੀ ਪ੍ਰਬੰਧਕ ਕਮੇਟੀ ਮੈਂਬਰ ਉਹਨਾਂ ਵੱਲੋਂ ਬਹੁਤ ਸਾਰਾ ਆਸ਼ੀਰਵਾਦ ਆਇਆ ਹੈ। ਸਤਿਗੁਰੂ ਪਾਤਸ਼ਾਹ ਸਾਰੀਆਂ ਹੀ ਸੰਗਤਾਂ ਦੀ ਹਾਜ਼ਰੀ ਆਪਣੇ ਪਵਿੱਤਰ ਚਰਨ ਕਮਲਾਂ ਵਿੱਚ ਪ੍ਰਵਾਨ ਕਰੇਗੀ। ਆਓ ਹੁਕਮ ਕਿਉਂਕਿ ਜਿਸ ਦਿਨ ਹੁਣ ਤੇ ਗੱਲਬਾਤ ਹੋਈ ਸੀ ਉਸੇ ਦਿਨ ਹੀ ਇਹ ਹੁਕਮ ਹੋਇਆ ਸੀ ਪ੍ਰਬੰਧਕ ਕਮੇਟੀ ਵੱਲੋਂ ਕਿ ਸਤਿਕਾਰਯੋਗ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਦਾ ਆਪਾਂ ਇਹ ਪ੍ਰਕਾਸ਼ ਦਿਹਾੜਾ ਮਨਾਉਣਾ ਹੈ ਉਹਨਾਂ ਨੇ ਇਤਿਹਾਸ ਦੇ ਵਿੱਚੋਂ ਇੱਕ ਨਸ਼ੀਲੀ ਵੀਰ ਰਸੀ ਕਵਿਤਾਵਾਂ ਜਿਹੜੀਆਂ ਨੇ ਉਹ ਜ਼ਰੂਰ ਸਾਂਝੀਆਂ ਕਰਨੀਆਂ। ਵੈਸੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਸਾਰਾ ਜੀਵਨ ਜਿਹੜਾ ਹੈ ਇਹ ਭਗਤੀ ਭਾਵਨਾ ਨਾਲ ਭਰਿਆ ਹੋਇਆ ਹੈ, ਪਰ ਫਿਰ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜੀਵਨ ਨਾਲ ਸੰਬੰਧ ਇੱਕ ਇਹੋ ਜਿਹੀ ਘਟਨਾ ਹੈ ਜੋ ਕਿ ਇੱਕ ਬਹੁਤ ਵੱਡੀ ਘਟਨਾ ਸੀ। ਗੱਲ ਕਰ ਜਾਵਾਂ ਹਿੰਦੁਸਤਾਨ ਦੇ ਵਿੱਚ ਸਿੱਖੀ ਤੇ ਮੁਗਲੀਆ ਬਾਦਸ਼ਾਹੀ ਜੱਟ ਪਰੇ ਇਕੱਠੇ ਹੋਇਆ ਨੇ, ਸ਼ੁਰੂ ਹੋਈਆਂ ਨੇ, ਇਹਨਾਂ ਦੇ ਸੰਬੰਧ ਵਿੱਚ ਕੁਝ ਵਿਚਾਰ ਕਰੇ ਜ਼ਰੂਰ ਸੰਗਤਾਂ ਨਾਲ ਸਾਂਝੇ ਕਰਨੇ ਨੇ, ਕਿਉਂਕਿ ਮੈਨੂੰ ਪਤਾ ਲੱਗਾ ਹੈ ਸਤਿਕਾਰਯੋਗ ਸ੍ਰੀ ਮਾਨ ਸਰਦਾਰ ਤਰਨਤਰ ਸਿੰਘ ਜੀ ਉਹਨਾਂ ਨੇ ਪਹਿਲਾਂ ਹੀ ਇਹ ਹੁਕਮ ਕਰ ਦਿੱਤਾ ਸੀ ਕਿ ਕੱਲ੍ਹ ਚੰਦ ਸਿੰਘ ਜੀ ਆਲਮਗੀਰ ਸਾਹਿਬ ਜੋ ਕਿ ਆ ਬਹੁਤ ਬਹੁਤ ਮਹਾਨ ਪੰਥ ਦੇ ਵਿਦਵਾਨ ਨੇ ਢਾਡੀ ਨੇ ਉਹਨਾਂ ਨੇ ਔਰ ਹੇਲਖੰਡ ਦੇ ਵਿੱਚੋਂ ਆਪਣੇ ਵਿਚਾਰ ਸਾਂਝੇ ਕੀਤੇ ਸੀ ਤੇ ਇਹਨਾਂ ਨੇ ਪਹਿਲਾਂ ਹੁਕਮ ਕਰ ਦਿੱਤਾ ਕਿ ਕਿਤੇ ਉਹੀ ਇਤਿਹਾਸ ਰਿਪੀਟ ਨਾ ਹੋ ਜਾਵੇ ਕਿਉਂਕਿ ਇਹਦੇ ਨਾਲ ਜਿਹੜੀ ਕਿਉਂਕਿ ਨਵੀਂ ਤੋਂ ਨਵੀਂ ਗੱਲ ਜਿਹੜੀ ਹੈ ਉਹ ਸੰਗਤਾਂ ਦੇ ਉੱਤੇ ਅਸਰ ਕਰਿਆ ਕਰਦੀ ਹੈ ਤੇ ਹਰ ਕਾਰਜ ਕੀਤੇ ਸੱਤਰ ਸਾਲ ਪੰਜ ਮਹੀਨੇ ਤੇ ਤਿੰਨ ਤਿੰਨ ਮਨੁੱਖਾਂ ਨੇ ਹੀ ਗੁਜ਼ਾਰੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸੱਚਾ ਸੌਦਾ ਵੀ ਕੀਤਾ, ਮੱਝੀਆਂ ਵੀ ਚਾਰੀਆਂ ਤੇ ਪਿਤਾ ਮਹਿਤਾ ਕਾਲੂ ਜੀ ਦੇ ਕੋਲੋਂ ਚਪੇੜਾਂ ਵੀ ਖਾਧੀਆਂ। ਕਹਿੰਦੇ ਨੇ ਹਰਪੂਰ ਦੇ ਵੱਡੇ ਭੈਣ ਨਾਨਕੀ ਜੀ ਸੁਲਤਾਨ ਪਟੋਦੀ ਭਾਈਆ ਜੈ ਰਾਮੀ ਦੇ ਨਾਲ ਵਿਆਹ ਗਏ ਤੇ ਭੈਣ ਨਾਨਕੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਪਣੇ ਨਾਲ ਸੁਲਤਾਨ ਪਟੋਦੀ ਲੈ ਆਏ। ਇੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਕ ਨਹੀਂ ਦੋ ਨਹੀਂ ਸਾਢੇ ਚਾਰ ਸਾਲ ਮੋਦੀ ਖਾਨੇ ਦੀ ਤਾਰ ਕੀਤੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇੱਥੇ ਸਾਢੇ ਚਾਰ ਸਾਲ ਮੋਦੀ ਖਾਨਾ ਚਲਾਇਆ ਹੈ। ਹਰੇਕ ਕਿਤੇ ਜਾ ਕੇ ਦਰਸ਼ਨ ਨਜ਼ਾਰੇ ਕਰੋ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹਨਾਂ ਵੱਡਿਆਂ ਨਾਲ ਸੌਦਾ ਤੋਲਦੇ ਸੀ ਹਜੇ ਤੱਕ ਉਹ ਵੱਡੇ ਜਿਹੜੇ ਨੇ ਗੁਰਦੁਆਰਾ ਸ੍ਰੀ ਹਰਿ ਸਾਹਿਬ ਐਨ ਬਿਲਕੁਲ ਬੇਬੇ ਨਾਨਕੀ ਦੇ ਗੁਰਦੁਆਰੇ ਦੇ ਨਜ਼ਦੀਕ ਇਹ ਗੁਰਦੁਆਰਾ ਸ੍ਰੀ ਹਰਿ ਸਾਹਿਬ ਕਿਤੇ ਜਾ ਕੇ ਦਰਸ਼ਨ ਨਜ਼ਾਰੇ ਕਰੋ। ਉਹ ਮੁਬਾਰਕ ਪਵਿੱਤਰ ਵੱਡੇ ਅਜੇ ਤੱਕ ਸ਼ੋਭਤ ਨੇ, ਮੌਜੂਦ ਨੇ, ਔਰ ਸਾਨੂੰ ਇੱਕ ਬਹੁਤ ਵੱਡਾ ਮਾਣ ਇਸ ਧਰਤੀ ਦੇ ਉੱਤੇ ਹੈ ਕਿਉਂਕਿ ਅੱਜ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੋਦੀ ਦੇ ਵਿੱਚ ਬੈਠੇ ਹਾਂ। ਸੰਗਤਾਂ ਤੇ ਦੂਰੋਂ ਦੂਰੋਂ ਆਣ ਕੇ ਦਰਸ਼ਨ ਨਜ਼ਾਰੇ ਕਰਦੀਆਂ ਨੇ ਤੇ ਸਾਨੂੰ ਤੇ ਬੜੀ ਇਹ ਸੰਗਤਾਂ ਨੇ ਕਿਰਪਾ ਕੀਤੀ ਆ। ਅਸੀਂ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਵਸਦੇ ਹਾਂ, ਬਿਲਕੁਲ ਉਹਨਾਂ ਦੇ ਨਜ਼ਦੀਕ ਜਦੋਂ ਮਰਜ਼ੀ ਜਾ ਕੇ ਦਰਸ਼ਨ ਨਜ਼ਾਰੇ ਕਰ ਸਕਦੇ ਹਾਂ। ਇੱਥੇ ਗੁਰਦੇਵ ਨੇ ਸੌਦਾ ਤੋਲਿਆ। ਇੱਕ ਦਿਨ ਸਤਿਗੁਰੂ ਪਾਤਸ਼ਾਹ ਸੌਦਾ ਤੋਲ ਰਹੇ ਸੀ, ਮਹਾਰਾਜ ਦੀ ਸੁਰਤੀ ਜੁੜੀ ਅਕਾਲ ਸੱਜਣਾ ਕਹਿੰਦੇ ਨੇ ਇੱਕ ਹੈ ਇੱਕ ਹੈ, ਪਿੱਛੋਂ ਕਿਸੇ ਨੇ ਬਾਂਹ ਫੜੀ ਕਹਿਣ ਲੱਗੇ ਮੋਦੀ ਸਾਹਿਬ ਧਾਰਨਾ ਛੇ ਪੈ ਗਈਆਂ ਨੇ। ਫਿਰ ਕਹਿੰਦੇ ਨੇ ਸੱਤ ਹੈ ਸੱਤ ਹੈ, ਕਿਸੇ ਨੇ ਬਾਂਹ ਹਲਾਈ ਮੋਦੀ ਸਾਹਿਬ ਐਂ ਤੇ ਖਜ਼ਾਨਾ ਉੱਜੜ ਜਾਵੇਗਾ, ਧਾਰਨਾ ਬਾਰਾਂ ਪੈ ਗਈਆਂ ਨੇ। ਫਿਰ ਕਹਿੰਦੇ ਨੇ ਤੇਰਾ ਹੈ ਤੇਰਾ ਹੈ ਤੇਰਾ ਹੈ, ਲੋਕ ਕਹਿਣ ਵੀ ਮੋਦੀ ਖਾਨਾ ਸਾਰਾ ਲੁੱਟ ਜਾਣਾ ਹੈ, ਇਹ ਤੇ ਤੇਰਾ ਤੇਰਾ ਕਰਕੇ ਸਭ ਕੋਈ ਜਾਰੀ ਜਾ ਰਿਹਾ ਹੈ। ਮਹਾਰਾਜ ਕਹਿਣ ਲੱਗੇ ਤੇਰਾ ਆਖਿਆ ਵੀ ਕੋਈ ਕਦੇ ਕੀ ਉੱਜੜਦਾ ਹੈ, ਦੁਨੀਆਂ ਤੇ ਮੇਰਾ ਮੇਰਾ ਕਰਕੇ ਉੱਜੜ ਦੀਏ, ਤੇਰਾ ਆਖਿਆ ਤੇ ਬਰਕਤਾਂ ਹੀ ਪਿਆ ਕਰਦੀਆਂ ਨੇ।
महाराज ने लखों भुखे लोग इजाजत दे 13-13 टोल के इसे सतगुरु महाराज ने बड़े महान कार्य किए। एक दिन सतगुरु पातशाह बेई नदी के चुब्बा मारिया है, अलोक हो गए। एक दिन गुजर गया, दो दिन गुजर गए, कहते ने दो खाने बड़े जाम भी बिछाए बेई के हूं जाके माता नानक जी को सहेलिया ने किया नहीं तेरा छिंदा वीर डुब गया है। वो नहीं हूं बचना, कह लगी मेरा वीर कदे डुब नहीं सकता। नवाब तो कह लगा बंदे ने मर्दी जवाब दे खुदा
ਨਹੀਂ ਬਣ ਸਕਦਾ ਹੈ ਤੇ ਨਾਨਕ ਦਾ ਇੱਕ ਸੁਖਲਾ ਹੈ ਸੁਖ ਕੇ ਜਮਾਂ ਦੇ ਉੱਤੇ ਡਿੱਗ ਪਰ ਮਹਾਰਾਜ ਨੇ ਉਦਾਸੀਆਂ ਦਾ ਪ੍ਰੋਗਰਾਮ ਉਲੀਕ ਲਿਆ ਤੇ ਆਪਣਾ ਸਾਥੀ ਕਿਸ ਨੂੰ ਬਣਾਇਆ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਚੌਂਕਣ ਜਾਤ ਦਾ ਵਾਸੀ ਸੀ ਇਹਦੀ ਮਾਂ ਦਾ ਨਾਂ ਸੀ ਲਖੋ ਤੇ ਇਹਦੇ ਪਿਤਾ ਦਾ ਨਾਂ ਸੀ ਸ੍ਰੀ ਬਦਰਾ ਜੀ ਜਨਮ ਸਾਖੀ ਵਾਲਾ ਬੜੀ ਸੁੰਦਰ ਗੱਲ ਲਿਖਦਾ ਹੈ ਇਹਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਚੁਣੇ ਜਾ ਰਹੇ ਸਨ ਭਾਈ ਮਰਦਾਨਾ ਜੀ ਬਾਹਰ ਨਿਆਣਿਆਂ ਨਾਲ ਖੇਡ ਰਹੇ ਨੇ ਤੇ ਮਾਤਾ ਲਖੋ ਨੇ ਆਵਾਜ਼ ਮਾਰੀ ਕਹਿਣ ਲੱਗੀ ਵੇ ਮਰ ਜਾਣਿਆ ਘਰ ਨੂੰ ਆ ਹਜ਼ੂਰ ਮਹਾਰਾਜ ਸੁਣ ਕੇ ਖੜੇ ਹੋ ਗਏ ਮਾਤਾ ਲਖੋ ਨੇ ਫਿਰ ਆਵਾਜ਼ ਮਾਰੀ ਕਹਿਣ ਲੱਗੀ ਵੇ ਮਰ ਜਾਣਿਆ ਮੁੜ ਕੇ ਘਰ ਨੂੰ ਆ ਮਹਾਰਾਜ ਕਹਿਣ ਲੱਗੇ ਮਾਈ ਇਹ ਤੇਰਾ ਸਾਹਿਬਜ਼ਾਦਾ ਹੈ ਕਹਿਣ ਲੱਗੇ ਹਾਂ ਇਹਨੇ ਬੜਾ ਗਿਣਤੁਣ ਕੇ ਨਾਂ ਰੱਖਿਆ ਵੇ ਮਰ ਜਾਣਾ ਕਈ ਵਾਰੀ ਇਹ ਗੱਲ ਦੇਖੀਏ ਆਮ ਤੌਰ ਦੇ ਉੱਤੇ ਪਿਛਲੇ ਜ਼ਮਾਨਿਆਂ ਦੇ ਵਿੱਚ ਨਾਂ ਰੱਖਣ ਦੇ ਢੰਗ ਤਰੀਕੇ ਵੀ ਵੱਖਰੇ ਹੋਇਆ ਕਰਦੇ ਸੀ ਜਿਹੜੇ ਲੋਕ ਗੀਤ ਕਹਿੰਦੇ ਨੇ ਨਾ ਮੈਨੂੰ ਤੇ ਰਾਬੀ ਉਹਨਾਂ ਵਿੱਚ ਦਿਸਦਾ ਹੈ ਉਹਨੂੰ ਆਪਣਾ ਸਾਥੀ ਬਣਾਇਆ ਲਓ ਜੀ ਮਹਾਰਾਜ ਚੁਣੇ ਨੇ ਸੰਤ ਬਾਬਾ ਈਸ਼ਰ ਸਿੰਘ ਜੀ ਰਾਣਾ ਸਾਹਿਬ ਵਾਲੇ ਸੰਤ ਬਾਬਾ ਨੰਦ ਸਿੰਘ
ਸਿੰਘੀ ਕਲੇਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਖਾਲਸਾ ਭੇਡਾਂ ਵਾਲੇ ਮੇਰੀ ਕੌਮ ਨੇ ਮਹਾਨ ਸੰਤਾਂ ਪੈਦਾ ਕੀਤੇ ਨੇ ਬਾਬਾ ਮਹਾਂਨਾਮ ਸਿੰਘ ਜੀ ਪੁੱਜੋ ਵਾਲੇ ਬੜੇ ਬੜੇ ਮਹਾਨ ਸੰਤ ਮਹਾਂਪੁਰਸ਼ ਸਾਡੀ ਕੌਮ ਨੇ ਪੈਦਾ ਕੀਤੇ ਨੇ ਤੇ ਜੇਕਰ ਪਖੰਡੀ ਸਾਹਿਬ ਦੇਖਦੇ ਹੁਣ ਹਰਦਵਾਰ ਕੁੰਭ ਦੇ ਮੇਲੇ ਦੇ ਉੱਤੇ ਚਲੇ ਜਾਇਓ ਵਾਕਾਂ ਦੇ ਵਾਕ ਤੋਂ ਹੀ ਫਿਰਦੇ ਨੇ ਸਾਰਾ ਦੇ ਕੋਈ ਕੁੰਡੀ ਵਾਲਾ ਸਾਧ ਕੋਈ ਗਰਾਵਾਂ ਵਾਲਾ ਸਾਧ ਕੋਈ ਫਰਾਵਾਂ ਵਾਲਾ ਸਾਧ ਕੋਈ ਕੁੰਡੀਆਂ ਵਾਲਾ ਸਾਧ ਕੋਈ ਬਿਲੀਆਂ ਵਾਲਾ ਸਾਧ ਅਸੀਂ ਇੱਕ ਵਾਰੀ ਹੁਸ਼ਿਆਰਪੁਰ ਵੱਲ ਨੂੰ ਗਏ ਉੱਥੇ ਇੱਕ ਬਾਂਦਰਾਂ ਵਾਲਾ ਸਾਧ ਦੇਖਿਆ ਮੈਂ ਕਿਹਾ ਨਵੀਨ ਪਾਰਟੀ ਆ ਗਈ ਇਹਨਾਂ ਨੇ ਆਪੋ ਆਪਣੇ ਬਈ ਕਿੰਨੇ ਅੱਗੇ ਹੋਏ ਨੇ ਇਹ ਯੰਗ ਜਿਹਨਾਂ ਨੂੰ ਕਹਿ ਲਓ ਅੱਜ ਦੇ ਰੂਪ ਦੇ ਵਿੱਚ ਲੋਕਾਂ ਨੇ ਬੜਾ ਪ੍ਰਚਾਰ ਕਰਦੇ ਨੇ ਸਾਡੇ ਸੰਤ ਬੜੇ ਪੁੱਜੇ ਹੋਏ ਨੇ ਕਈ ਕਹਿੰਦੇ ਨੇ ਸਾਡੇ ਸੰਤ ਰੋਟੀ ਨਹੀਂ ਖਾਂਦੇ 12 ਸਾਲ ਹੋ ਗਏ ਨੇ ਤੇ ਜੇ ਕੋਈ ਦੁੱਧ ਦਾ ਗਲਾਸ ਲੈ ਕੇ ਚਲੇ ਤੇ ਬੜੇ ਬਲਾਈ ਅੰਦਰ ਰੋਟੀ ਖਾਣੀ ਕੀ ਕੰਮ ਨੂੰ ਹੈ ਰੋਟੀ ਖਾ ਕੇ ਕਰਨੀ ਕੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਛੋਟਾ ਅੰਨ ਕਰੈ ਪਾਖੰਡ ਨਾ ਸੁਹਾਗਣ ਨਾ ਉਹਨਾਂ ਦਾ ਫੈਸਲਾ ਹੀ ਦਿੰਦਾ ਮੈਂ ਨਹੀਂ ਕਿਹਾ ਮੇਰੇ ਸਤਿਗੁਰੂ ਕਹਿੰਦੇ ਨੇ ਕਬੀਰ ਹਾਕਾ ਸਿਮਰਨ ਛਾੜ ਕੇ ਆਹੋ ਹੀ ਰੱਖੈ ਨਾਲ ਗਧੀ ਹੋਏ ਕੇ ਆਪਣਾ ਪਾਪ ਸਹਿ ਮਨ ਜਾਓ ਸੁਣੋ ਬਾਣੀ ਨੂੰ ਪੜੋ ਬਾਣੀ ਨੂੰ ਮੇਰੇ ਪਾਸ ਦੀ ਬਾਣੀ ਕੀ ਕਹਿੰਦੀ ਹੈ ਕਈ ਕਹਿੰਦੇ ਨੇ ਸਾਡੇ ਸੰਤ ਬੜੇ ਚੰਗੇ ਨੇ ਉਹਨਾਂ ਨੇ ਕਦੇ ਕੱਪੜਾ ਹੀ ਪਾਇਆ ਤੇ ਮੇਰੇ ਸਤਿਗੁਰੂ ਕਹਿੰਦੇ ਨੇ ਵਸਤਰ ਨਾ ਪਹਿਰੇ ਅਹਿਰ ਕਹਿਰੇ ਕਈ ਕਹਿੰਦੇ ਸਾਡੇ ਸੰਤਾਂ ਨੇ ਮੂਲ ਵੱਲ ਰੱਖਿਆ 12 ਸਾਲ ਹੋ ਗਏ ਕਿਸੇ ਨਾਲ ਗੱਲ ਨਹੀਂ ਕਰਦੇ ਜਿਵੇਂ ਮੂੰਹ ਬੁਲਾਇਆ ਹੁੰਦਾ ਇਹਨਾਂ ਨੂੰ ਤੇ ਪਾਤਸ਼ਾਹ ਕਹਿੰਦੇ ਨੇ ਮੂਲ ਨੇ ਕੀਤਾ ਚੁੱਪ ਜਾ ਕੇ ਹੋਰ ਗੱਲ ਨਹੀਂ ਕੀਤਾ ਸਤਿਆਇਆ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਨੇ ਸ਼ਾਨ ਦਾ ਸਿੱਖੀ ਦਾ ਪੁੱਤਰ ਆਇਆ ਸਤ ਆਏ ਕੰਨੇ ਪਾਤਸ਼ਾਹ ਅੱਗੀ ਕਵੀ ਦੇ ਉੱਤੇ ਬੈਠ ਕੇ ਦੀ ਗੱਲ ਕਹੀ ਤੇਰਾ ਕੀਆ ਮੀਠਾ ਲੱਗਿਆ ਹਰਨਾਮ ਪ੍ਰਾਪਤ ਨਾਨਕ
हजूर पातशाह जी ने भाई लालू नू मुखातब होंदिया कर कही कह लगे लालो चढ़ गया वाला है जी दादा। हजूर ने भाई मरदाना जी कहा कि रबाब शेर भाई मरदाना जी रबाब बजाया है। हजूर ने बाणी उचारी जैसी मैं आवे खत्म की बाणी तैसा करी ज्ञान वे लालो बाप की जंगलत काबू ताया चोरी मंगा दान वे लालो शर्म तन तो शाप खलोए कूल थया प्रधान वे लालो मुसलमानिया पड़े कितने बार कसमे करे बुलाए वे लालो जात सुनाती हो हिंद वाणिया एक ही लेख है लाए वे लालो अखीर दे बड़ी डरी गल सतगुरां दी खून के सोहले बाप यह नानक अंत का मुंह पाए वे लालो लालो ऐसे बाबा ने मुंह नहीं लिख पा रहे चढ़ के आया डाला ऐसे घूमते सोहले गाए जा रहे ने लालो डर गए घबरा गए महाराज पक्ष लो वो समझा सी के महाराज ने जड़ी गल कह दी वो हो जानी है पूरी जरूर हो जानी है पाछा ਇਹਦਾ ਨਾਂ ਕਹੋ ਬਖਸ਼ ਲਓ। ਮਹਾਰਾਜ ਕਹਿਣ ਲੱਗੇ ਲਾਲੋ ਮੈਂ ਤੇ ਕੁਝ ਨਹੀਂ ਕਹਿਆ ਮੇਰਾ ਤੇ ਮਾਲਕ ਮੈਨੂੰ ਹੁਕਮ ਕਰ ਰਿਹਾ ਹੈ ਜੈਸੀ ਮੈਂ ਆਵੇ ਖਤਮ ਕੀ ਬਾਣੀ ਫੈਸਲਾ ਕਰੀ ਗਿਆਨ ਦੇ ਲਾਲੋ ਪਾਤਸ਼ਾਹ ਜਿਹੜਾ ਹੁਕਮ ਮੇਰਾ ਹੈ ਤੇ ਉਹਦਾ ਹੁਕਮ ਹੈ ਉਹਦਾ ਹੁਕਮ ਸੁਣਾ ਰਿਹਾ ਤੈਨੂੰ ਇੱਥੇ ਕੋਈ ਡਾਢਾ ਕਰਕੇ ਆ ਰਿਹਾ ਇੱਥੇ ਮਾਵਾਂ ਨੇ ਪੁੱਤ ਨਹੀਂ ਜਿਸ ਮਾਲ ਰਹੇ ਇੱਥੇ ਖੂਨ ਦੀਆਂ ਨਦੀਆਂ ਵਹਿੰਦੀਆਂ ਲਾਲੋ ਮਹਾਰਾਜ ਕਹਿਣ ਲੱਗੇ ਪੰਡਤ ਜੀ ਇੱਥੋਂ ਤਿੰਨ ਮੀਲ ਦੇ ਫਾਸਲੇ ਦੇ ਉੱਤੇ ਇੱਕ ਪਿੱਪਲ ਦਾ ਦਰਖਤ ਹੈ ਉਹਦੇ ਹੇਠਾਂ ਜਾ ਕੇ ਬੈਠ ਜਾ ਲੋ ਲਾਲੋ ਤੂੰ ਵੀ ਉਹਦੇ ਹੇਠਾਂ ਜਾ ਕੇ ਬੈਠ ਜਾ ਤੁਸੀਂ ਬਾਬਰ ਦੇ ਕਹਿਰ ਤੋਂ ਬਚ ਜਾਓਗੇ। ਭਾਈ ਮਰਦਾਨਾ ਕਹਿ ਲੈਣ ਮਹਾਰਾਜ ਮੈਂ ਬੇਨਤੀ ਕਰਾਂ। ਮਹਾਰਾਜ ਕਹਿ ਲੱਗੇ ਹਾਂ ਦੱਸ ਕਹਿ ਲੱਗਾ ਬਾਦਸ਼ਾਹ ਤੁਸੀਂ ਲਾਲੋ ਨੂੰ ਕਹਿ ਦਿੱਤਾ ਹੈ ਕਿ ਤੂੰ ਤਿੰਨ ਮੀਲ ਦੂਰ ਜਾਏ ਆਓ ਪੰਡਤ ਨੂੰ ਇਹ ਗੱਲ ਕਹਿ ਦਿੱਤੀ ਆਹ
ਫਰੀਦ ਉਹਨਾਂ ਖਾਸ ਨੂੰ ਖਾਸ ਕਰਮਚਾਰੀ ਤੁਰਿਆ ਜਾ ਰਿਹਾ ਸੀ ਮੀਰ ਖਾਨ ਤੱਕ ਬਣ ਕੇ ਬਾਬਾ ਨਾਨਕ ਕਹਿੰਦਾ ਬਾਬਰ ਜਾਬਰ ਬਾਬਰ ਜਾਬਰ ਬਾਬਰ ਜਾਬਰ ਇਹ ਦੁਨੀਆਂ ਦੇ ਵਿੱਚ ਰਾਜਿਆਂ ਨੂੰ ਕੋਈ ਏਦਾਂ ਦੀ ਕਰੀ ਗੱਲ ਕਿਸੇ ਦੀ ਹਿੰਮਤ ਨਹੀਂ ਪਈ ਕਹਿਣ ਦੀ ਕੇਵਲ ਤੇ ਕੇਵਲ ਗੁਰੂ ਨਾਨਕ ਦੇ ਜਿਵੇਂ ਗੱਲ ਕਹੀ ਰਾਜੇ ਸੀ ਮੁਕਦਮ ਕੁੱਤੇ ਆ ਰਾਜਿਆਂ ਨੂੰ ਕੁੱਤੇ ਗਿਆ महाराज ਤਕ ਲੈ ਪਾਰ।
ਸਾਡਾ ਜਿਹੜਾ ਢਾਡੀ ਰਾਗ ਹੈ ਇਹ ਅੱਜ ਕੱਲ੍ਹ ਪੀਸੀ ਦੇ ਰੂਪ ਦੇ ਵਿੱਚ ਚੱਲਣਾ ਸ਼ੁਰੂ ਹੋਣ ਲੱਗ ਪਿਆ ਲਗਭਗ। ਪਰ ਲੋੜ ਹੈ ਆਪਣੇ ਵਿਰਸੇ ਨੂੰ ਸਾਂਭਣੀ, ਕਿਉਂਕਿ ਜਿੰਨਾ ਚਿਰ ਅਸੀਂ ਆਪਣਾ ਸੱਭਿਆਚਾਰ ਨਹੀਂ ਸਾਂਭਦੇ, ਆਪਣੇ ਸੱਭਿਆਚਾਰ ਦੇ ਨਾਲ ਅਸੀਂ ਜੁੜੇ ਰਹਾਂਗੇ ਤਾਂ ਫਿਰ ਸਾਡੀ ਕਲਿਆਣ ਜਿਹੜੀ ਹੈ ਹੋ ਸਕਦੀ ਹੈ। ਕਿਉਂਕਿ ਸੁਣਦੇ ਨੇ ਸੁਣ ਵਾਂਗੇ ਢਾਡੀ ਰਾਗ ਦੇ ਕਰ ਵਾਂਗੇ ਆਪ ਜੀ ਦੇ ਨਾਲ ਜਿੰਨਾ ਕੁ ਹੋ ਸਕਿਆ ਹੈ ਢਾਡੀ ਰਾਗ ਪੇਸ਼ ਕੀਤਾ ਹੈ। ਔਰ 1,05,000 ਰੁਪਏ ਬਣਦੇ ਨੇ ਇੱਕ ਸਾਲ ਦੇ ਵਿੱਚ, ਤਿੰਨਾਂ ਗੁਰਪੁਰਬਾਂ ਵਾਸਤੇ ਉਹ ਉਚੇਚੇ ਤੌਰ ਦੇ ਉੱਤੇ ਭੇਜਦੇ ਨੇ। ਤੇ ਖਾਲਸਾ ਦੀ ਗੱਲ ਨੋਟ ਕਰਨ ਵਾਲੀ ਹੈ, ਦਾਨ ਕਰਨਾ ਬਹੁਤ ਔਖਾ ਹੋਇਆ ਕਰਦਾ ਹੈ। ਬਿਰਲੇ ਹੁੰਦੇ ਦਾਨ ਕਰਨ ਵਾਲੇ, ਦਾਨ ਕਰਨਾ ਬੜੀ ਔਖੀ ਗੱਲ ਹੈ। ਤੇ ਪੰਜਾਬੀ ਦਾ ਸ਼ਾਇਰ ਬੜੀਆਂ ਸੁੰਦਰ ਸਬਰਾਂ ਕਹਿੰਦਾ ਹੈ, ਉਹ ਕਹਿੰਦਾ ਹੈ ਭਗਤ ਸੂਰਮਾ ਤੇ ਦਾਨ ਕਰਨ ਵਾਲਾ ਪਹਿਲਾ ਲਾਲ ਮਾਤਾ ਬਿਰਲੀ ਕਰੇ ਕੋਈ ਕੋਈ, ਹਰ ਕੋਈ ਆਪਣੀ ਪੰਡ ਨੂੰ ਚੁੱਕਦਾ ਹੈ, ਪੰਡ ਆਪਣੀ ਫੀਸ ਤੇ ਧਰੇ ਕੋਈ ਕੋਈ, ਬਈ ਮਿੱਠਾ ਬੋਲਿਆ ਤੇ ਦੁਨੀਆ ਖੁਸ਼ੀ ਹੁੰਦੀ, ਕੌੜਾ ਬੋਲਿਆ ਕਿਸੇ ਦਾ ਜਰੇ ਕੋਈ ਕੋਈ, ਖਾਤਰੇ ਆਪਣੇ ਮਰ ਗਈ ਕੁੱਲ ਦੁਨੀਆ ਹੈ ਪ੍ਰਦੇਸ਼ ਤੇ ਕੌਮ ਲਈ ਮਰੇ। ਧਰਮ ਦੇ ਕਾਰਜ ਦੇ ਵਿੱਚ ਹਿੱਸਾ ਪਾਉਣਾ, ਕਿਉਂਕਿ ਹਰ ਇੱਕ ਦੇ ਵਾਸਤੇ ਗੱਲ ਹੀ, ਹਰ ਇੱਕ ਦਾਨ ਵੀ ਨਹੀਂ ਕਰ ਸਕਦਾ, ਇਹ ਵਿਹਲੇ ਹੋਇਆ ਕਰਦੇ ਨੇ ਜੋ ਕਿ ਦਾਨ ਕਰਦੇ ਨੇ। ਸਤਿਕਾਰ ਸ਼੍ਰੀ ਮਾਨ ਸਰਦਾਰ ਹਰਬੰਸ ਸਿੰਘ ਜੀ, ਗੁਰੂ ਪਾਤਸ਼ਾਹ ਕਿਰਪਾ ਕਰਨ ਦਿਨ ਦੁਗਣੀ ਤੇ ਰਾਤ ਚੌਗਣੀ ਮੇਰਾ ਸਤਿਗੁਰੂ ਸੱਚਾ ਪਾਤਸ਼ਾਹ ਉਹਨਾਂ ਨੂੰ ਤਰੱਕੀ ਬਖਸ਼ ਕਰੇ ਜੋ ਕਿ ਬਹੁਤ ਵੱਡਾ ਦਾਨ ਕਰਦੇ ਨੇ। ਆਓ, ਮੈਨੂੰ ਹੁਕਮ ਹੋਇਆ ਹੈ ਇੱਕ ਵਾਰ ਆਪ ਜੀ ਦੇ ਨਾਲ ਜੋੜੇ ਨਹੀਂ ਕਹਿ ਕੇ ਖਿਮਾ ਦੇ ਰਾਜ ਕੋ ਜਾਣਾ ਹੈ। 10-15 ਮਿੰਟ ਆਪ ਸੁਸਤ ਕਰੇ ਲੈਣੇ ਤੇ ਮੈਂ ਉਸ ਮਹਾਨ ਜੋੜੇ ਦੇ ਇਤਿਹਾਸ ਦੇ ਵਿੱਚ ਗੱਲ ਕਰ ਜਾਵਾਂ ਜਿਹਨੇ ਪੰਜਾਬ ਦੇ ਉੱਤੇ ਬਹੁਤ ਵੱਡਾ ਜ਼ੁਲਮ ਹੋ ਕੇ ਜਦੋਂ ਦੇਖਿਆ ਜ਼ੁਲਮ ਹੁੰਦਾ ਉਹਦੇ ਕੋਲ ਰਿਹਾ ਨਹੀਂ ਗਿਆ, ਕਿਵੇਂ ਜਾ ਕੇ ਉਹਨੇ ਪੰਜਾਬ ਦੀ ਧਰਤੀ ਤੋਂ ਬਾਹਰ ਇੰਗਲੈਂਡ ਦੀ ਧਰਤੀ ਦੇ ਦੁਸ਼ਮਣ ਦੇ ਨਾਲ ਦੋ ਦੋ ਹੱਥ ਕਰਕੇ ਉਹਨੇ ਦੰਦ ਖੱਟੇ ਕੀਤੇ, ਉਹ ਖਤਮ ਕੀਤਾ ਤੇ ਪੰਜਾਬ ਜਿਹੜਾ ਸਿਰ ਕਿਹੜੇ ਹੋ ਜਾ ਗਿਆ। ਬਈ ਮਰ ਗਏ ਪ੍ਰੈਸ ਰਿਪੋਰਟਰ ਇਸ ਜਣਿਆ ਵਾਲੇ ਬਾਗ ਦੇ ਸਾਰੇ ਮਿਸ਼ਨ ਨੂੰ ਆਪਣੇ ਮਨ ਦੇ ਵਿੱਚ ਵਸਾ ਕੇ ਇੱਧਰ ਕੋਣ ਗਿਆ ਨੰਗਰ ਦੇ ਕੈਪਸ ਨਾਲ ਦੇ ਦੋ ਚਾਰ ਵਾਰਾਂ ਦੇ ਕੋਲ ਬਾਅਦ ਵਾਰੀ ਆ ਗਈ ਹੈ ਸਰਵਾਈਕਲ ਪੜਵਾਇਆ ਨਹੀਂ ਮੈਂ ਕਹਿੰਦੇ